ਖਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਬੀ ਚਿਹਰੇ ਦਾ ਰੇਖਾ ਚਿੱਤਰ ਬਲਬੀਰ ਮਾਧੋਪੁਰੀ ਐਨਾ ਸੱਚ ਨਾਲ ਲਿਖ ਮਾਧੋਪੁਰੀ ਬਲਬੀਰ ਮਾਧੋਪੁਰੀ ਇੱਕ ਵਾਰ ਦਲਿਤ ਮਰਾਠੀ ਲੇਖਕਾਂ ਦਾ ਇੱਕ ਵਫਤ ਦਿੱਲੀ ਦੇ ਲੇਖਕਾਂ ਨੂੰ ਮਿਲਣ ਆਇਆ ਵਫਤ ਦੇ ਮੈਂਬਰਾਂ ਨੇ ਦਿੱਲੀ ਦੇ ਸਾਰੇ ਲੇਖਕਾਂ ਨਾਲ ਹੱਥ ਮਿਲਾਏ ਪਰ ਇਕੱਲੇ ਬਲਬੀਰ ਮਾਧੋਪੁਰੀ ਨੂੰ ਜੱਫੀ ਪਾ ਕੇ ਮਿਲੇ ਦਲਿਤ ਮਰਾਠੀ ਲੇਖਾਂ ਨੇ ਆਪਣੇ ਭਾਈ ਨੂੰ ਪਹਿਚਾਨ ਲਿਆ ਸੀ ਮਾਧੂਪਰੀ ਆਪ ਵੀ ਹਾਸੇ 'ਚ ਕਹਿ ਦਿੰਦਾ ਕਿ ਮੈਂ ਤਾਂ ਵੇਖਣ 'ਚ ਦਲਿਤ ਹੀ ਲੱਗਦਾ ਭਾਰਤ ਦਾ ਮੂਲ ਨਿਵਾਸੀ ਉਹਦੇ ਨੈਣ ਨਕਸ਼ ਤਿੱਖੇ ਰੰਗ ਲਾਕਾ ਕੱਦ 71 ਇੰਚ ਛਾਂਡਵਾ ਸਰੀਰ ਕਦੇ ਉਹ ਪੱਗ ਬੰਨਣ ਵਾਲਾ ਸਰਦਾਰ ਹੁੰਦਾ ਸੀ ਪਰ ਅੱਜ ਕੱਲ ਸਿਰ ਨੰਗਾ ਰੱਖਦਾ ਹੈ ਉਹਦੀ ਦਾੜੀ ਤੇ ਸਿਰ ਦੇ ਵਾਲ ਹੁਣ ਖਿਚੜੀ ਹੋ ਗਏ ਐ ਉਹਦਾ ਮੱਥਾ ਝੋਟੇ ਦੇ ਸਿਰ ਜਿਡਾ ਮੱਥੇ ਦੇ ਉੱਪਰ ਨਾਲੋਂ ਨਾਲ ਸਿਰ ਦੇ ਕੁੰਗਰਾਲੇ ਵਾਲਾਂ ਦੀਆਂ ਕੱਟੀਆਂ ਤਿੰਨ ਦੌਗੀਆਂ ਜੀਆਂ ਹਨ ਉਹਦੇ ਕੰਨਾਂ ਤੋਂ ਉੱਪਰ ਸਿਰ ਤੇ ਗਿੱਚੀ ਤੱਕ ਤਾਂ ਵਾਲ ਹਨ ਪਰ ਮੱਥੇ ਦੀਆਂ ਵਾਲਾਂ ਦੀਆਂ ਦੌਗੀਆਂ ਤੋਂ ਅੱਗੇ ਵਿਚਕਾਰੋਂ ਸਾਰਾ ਸਿਰ ਉਸ ਹਵਾਈ ਪਟੜੀ ਵਾਂਗ ਹੈ ਜਿਹਦੇ ਆਸੇ-ਪਾਸੇ ਘਾਹ ਉੱਗ ਗਿਆ ਹੋਵੇ ਉਹਦਾ ਇੱਕ ਗੰਜ ਪਿਛਲੇ ਪਾਸੇ ਤੋਂ ਹੀ ਦਿਸਦਾ ਹੈ ਉਹਦੀ ਦਾੜੀ ਦੇ ਵਾਲ ਵੀ ਇਸ ਤਰ੍ਹਾਂ ਹਨ ਜਿਵੇਂ ਖੇਤ ਦੀ ਵੱਟ ਤੇ ਖੱਬਲ ਘਾਹ ਦੀਆਂ ਦੌਗੀਆਂ ਹੁੰਦੀਆਂ ਰਾਜਸਥਾਨੀਆਂ ਵਾਂਗ ਉਹਦੀਆਂ ਮੁੱਛਾਂ ਭਾਰੀਆਂ ਤੇ ਲੰਮੀਆਂ ਹਨ ਬਹੁਤੇ ਮਿਲਣ-ਗਿਲਣ ਵਾਲੇ ਤਾਂ ਉਹਨੂੰ ਸਾਊਥ ਇੰਡੀਆ ਨਹੀਂ ਸਮਝ ਲੈਂਦੇ ਐ ਉਹ ਵੀ ਸ਼ੁਗਲ ਚ ਆਪਣੇ ਆਪ ਨੂੰ ਸਾਊਥ ਇੰਡੀਆ ਨਹੀਂ ਦੱਸ ਦਿੰਦਾ ਉਹ ਕਹਿੰਦਾ ਕਿ ਮੈਂ ਅਸਲੀ ਇੰਡੀਅਨ ਆ ਤੇ ਮੇਰੀ ਲੜਾਈ ਤਾਂ ਆਰੀਅਨ ਲੋਕਾਂ ਨਾਲ ਹੈ ਇਹਨਾਂ ਨੇ ਭਾਰਤ ਦੇ ਮੂਲ ਵਾਸੀਆਂ ਨੂੰ ਸ਼ੂਦਰਾਂ ਚੂਤਾਂ ਦੀ ਸ਼੍ਰੇਣੀ ਚ ਰੱਖ ਕੇ ਉਹਨਾਂ ਦੇ ਮਨੁੱਖ ਹੋਣ ਤੇ ਹੀ ਸਵਾਲੀਆ ਚਿੰਨ ਲਾ ਕੇ ਉਹਨਾਂ ਨੂੰ ਪਸ਼ੂਆਂ ਵਰਗਾ ਜੀਵਨ ਜਿਉਣ ਲਈ ਮਜਬੂਰ ਕਰ ਰੱਖਿਆ ਉਹਦੇ ਬਹੁਤੇ ਦੋਸਤ ਜਦੋਂ ਵੀ ਉਹਨੂੰ ਫੋਨ ਕਰਦੇ ਆ ਹਮੇਸ਼ਾ ਇਹ ਸੁਆਕ ਨਾਲ ਗੱਲਬਾਤ ਸ਼ੁਰੂ ਕਰਦੇ ਆ ਦਲਿਤ ਭਾਈ ਕੀ ਹਾਲ ਚਾਲ ਹੈ ਤੇ ਮਾਧੂਪੁਰੀ ਨੂੰ ਹੁਣ ਦਲੇ ਤਖਵਾਂ ਚ ਨਾ ਕੋਈ ਸੰਗ ਹੈ ਤੇ ਨਾ ਹੀ ਸੰਕੋਚ ਜਾਤ ਪਾ ਦੇ ਬੰਧਨਾਂ ਨੂੰ ਲੱਤ ਮਾਰਨ ਵਾਲਾ ਕਿਸੇ ਸਮੇਂ ਦਾ ਪੱਕਾ ਕਾਮਰੇਡ ਬਲਬੀਰ ਮਾਧੂਪਰੀ ਆਪ ਹੀ ਹੁਣ ਸਦੀਆਂ ਪੁਰਾਣੇ ਸਮਾਜ ਵਾਂਗ ਇਸ ਜਾਤੀ ਬੰਧਨ ਚ ਵੱਜ ਗਿਆ ਹੈ 24 ਘੰਟੇ ਚਤੋਂ ਪੈਰ ਉਹਦੀ ਸੋਚ ਦਬੇ ਕੁਚਲੇ ਦਲਿਤ ਸਮਾਜ ਦੁਆਲੇ ਹੀ ਘੁੰਮਦੀ ਰਹਿੰਦੀ ਹੈ ਇੱਕ ਵਾਰ ਮੇਰੇ ਬੈਠਿਆਂ ਉਸ ਕੋਲ ਆਏ ਮਿੱਤਰ ਨੇ ਨੂੰ ਘਰੋਂ ਫੋਨ ਆ ਗਿਆ ਪਤਨੀ ਪੁੱਛ ਰਹੀ ਸੀ ਕਿ ਕਿੱਥੇ ਬੈਠਿਓ ਮਿੱਤਰ ਦਾ ਜਵਾਬ ਸੀ ਦਲਿਤ ਪਰਵਚਨ ਸੁਣ ਰਿਹਾ ਹਾਂ ਅੱਛਾ ਮਾਧਪੁਰੀ ਕੋਲ ਬੈਠੇ ਹੋ ਪਤਨੀ ਨੇ ਬੁੱਝ ਲਿਆ ਸੀ ਪੰਜਾਬੀ ਚ ਅਨੇਕ ਦਲਿਤ ਲੇਖਕ ਹੋਏ ਹਨ ਜੋ ਕਵਿਤਾ ਕਹਾਣੀ ਨਾਵਲ ਆਦਿ ਲਿਖਦੇ ਰਹੇ ਤੇ ਲਿਖ ਰਹੇ ਹਨ ਉਹਨਾਂ ਵਿੱਚੋਂ ਕਈਆਂ ਨੇ ਆਪਣੀਆਂ ਸਵੈ ਜੀਵਨੀਆਂ ਵੀ ਲਿਖੀਆਂ ਪਰ ਆਪਣੀ ਸਵੈ ਜੀਵਨੀ ਛਾਂਗਿਆ ਰੁਖ ਲਿਖਣ ਕਰਕੇ ਜੋ ਮਾਨਤਾ ਤੇ ਪ੍ਰਸਿੱਧੀ ਇੱਕ ਦਲਿਤ ਲੇਖਕ ਵਜੋਂ ਬਲਬੀਰ ਮਾਧਪੁਰੀ ਨੂੰ ਹਾਸਲ ਹੋ ਗਈ ਹੈ ਉਹ ਕਿਸੇ ਨੂੰ ਨਹੀਂ ਹੋਈ ਤੇ ਨਾ ਹੀ ਨਿਕਟ ਭਵੇ ਖਚ ਦੀ ਆਸ ਜਦੋਂ ਤੋਂ ਉਹਦੀ ਸਵੈ ਜੀਵਨੀ ਛਾਂਗਿਆ ਰੁਖ ਅੰਗਰੇਜ਼ੀ ਚ ਅਨੁਵਾਦ ਕਰਕੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਛਾਪੀ ਗਈ ਉਦੋਂ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਲੇਖਕ ਮੰਨਿਆ ਜਾਣ ਲੱਗਾ ਤੇ ਉਹ ਹੀ ਅਸਲ ਚ ਤੇ ਸਹੀ ਅਰਥਾਂ ਚ ਪੰਜਾਬੀ ਦਾ ਇੱਕੋ ਇੱਕ ਦਲਿਤ ਲੇਖਕ ਹੋ ਨਿਭੜਿਆ ਜਿਹਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਮਾਨਤਾ ਮਿਲੀ ਉਹਨੇ ਦਲਿਤ ਹੋਣ ਦਾ ਸੰਤਾਪ ਤਨ ਮਨ ਤੇ ਪੂਰੀ ਸ਼ਿੱਦਤ ਨਾਲ ਹੰਡਾਇਆ ਤੇ ਉਹ ਹੁਣ ਪੂਰੀ ਤਰ੍ਹਾਂ ਦਲਿਤ ਮੂਲ ਸੋਚ ਨੂੰ ਪਰਨਾਇਆ ਹੋਇਆ ਲੇਖਕ ਬਚਪਨ ਚੋਂ ਨੇ ਅੰਤਾਂ ਦੀ ਗਰੀਬੀ ਤੇ ਨੀਵੀਂ ਜਾਤੀ ਦਾ ਹੋਣ ਦਾ ਜੋ ਮਾਨਸਿਕ ਸੰਤਾਪ ਭੋਗਿਆ ਆਪਣੀ ਸਵੈ ਜੀਵਨੀ ਚੋਂ ਨੇ ਉਸੇ ਦਾ ਹੀ ਪ੍ਰਗਟਾਵਾ ਕੀਤਾ ਚੜਿਆ ਚੇਤ ਨਾ ਘਰ ਨਾ ਖੇਤ ਦੀ ਕਹਾਵਤ ਅਨੁਸਾਰ ਉਹਨਾਂ ਸਮਿਆਂ ਚ ਫਗਣ ਚੇਤ ਵਿੱਚ ਤਾਂ ਕਣਕ ਅੰਨਦਾਤਿਆਂ ਦੇ ਘਰੋਂ ਵੀ ਮੁੱਕ ਜਾਂਦੀ ਸੀ ਤੇ ਵਿਚਾਰੇ ਗਰੀਬ ਤਾਂ ਕਿਹਦੇ ਪਾਣੀ ਹਾਰ ਸਨ ਇਹਨਾਂ ਦਿਨਾਂ ਚ ਮਾਧੂਪੁਰ ਪਿੰਡ ਦੇ ਗਰੀਬ ਪਰਿਵਾਰ ਗੁੜ ਕੱਢਣ ਵਾਲੇ ਵੇਲਣਿਆਂ ਤੋਂ ਗੰਨੇ ਦੇ ਰਸਤੇ ਲਿਆਂਦੀ ਮੈਲ ਪੀ ਕੇ ਗੁਜ਼ਾਰਾ ਕਰਦੇ। ਬਲਬੀਰ ਤੇ ਉਹਦਾ ਵੱਡਾ ਭਰਾ ਬਿਰਜੂ ਵੀ ਮੈਲ ਲੈਣ ਜਾਂਦੇ ਤੋਂ ਬਹੁਤ ਹੀ ਨਮੋਸ਼ੀ ਮੰਦਾ। ਬਰਸਾਤਾਂ ਦੇ ਦਿਨਾਂ 'ਚ ਉਹਨਾਂ ਦੇ ਗੁੜ 'ਚ ਕੀੜੇ ਪੈ ਜਾਂਦੇ ਤਾਂ ਖਰਾਬ ਹੋਏ ਗੁੜ ਨੂੰ ਸਿੱਟਣ ਦੀ ਬਜਾਏ ਉਸੇ ਗੁੜ ਦੀ ਚਾਹ ਬਣਾ ਕੇ ਡੰਗਸਾਰਦੇ ਰਹਿੰਦੇ। ਚਾਹ ਨੂੰ ਪੁਣਨ ਸਮੇਂ ਚਿੱਟੇ ਕੀੜੇ ਕਾਲੀ ਚਾਹ ਪੱਤੀ 'ਚ ਫੁੱਲੇ ਹੋਏ ਹੋਰ ਵੀ ਵੱਡੇ ਤੇ ਡਰਾਉਣੇ ਜਾਂਪਦੇ। ਉਹਨਾਂ ਕੀੜਿਆਂ ਦੇ ਭੈਅ ਕਰਕੇ ਬਲਬੀਰ ਆਮ ਦਿਨਾਂ 'ਚ ਵੀ ਡਰ-ਡਰ ਕੇ ਚਾਹ ਪੀਂਦਾ। ਉਹਦਾ ਭਾਈਆ ਕਹਿੰਦਾ ਡੱਫਲਾ ਹੁਣ ਬਰਸਾਤ ਆ ਕਿਤੇ ਹੁਣ ਜਿਹੜਾ ਕੀੜੇ ਤਰਦੇ ਦੇਖਦਾ ਇਹਨਾਂ ਦਿਨਾਂ 'ਚ ਗੁੜ 'ਚ ਕੀੜੇ ਨਹੀਂ ਪੈਂਦੇ ਤੇ ਸ਼ੁਰੂ 'ਚ ਤਾਂ ਉਹ ਪ੍ਰਗਤੀਵਾਦੀ ਕਵੀ ਸੀ ਜੋ ਮਾਰਕਸੀ ਵਿਚਾਰਧਾਰਾ ਦਾ ਹਮਾਇਤੀ ਸੀ ਤੇ ਦੂਸਰੇ ਕਾਮ ਰੈਡਾਂ ਵਾਂਗ ਉਹਨੂੰ ਵੀ ਆਸ ਸੀ ਕਿ ਇਨਕਲਾਬ ਤਾਂ ਬਸ ਆਇਆ ਹੀ ਪਿਆ ਉਹਨੂੰ ਇਹ ਵੀ ਵਿਸ਼ਵਾਸ ਸੀ ਕਿ ਇਸ ਤਰ੍ਹਾਂ ਆਰਥਿਕ ਬਰਾਬਰੀ ਆ ਜਾਣ ਤੇ ਸਮਾਜਿਕ ਬਰਾਬਰੀ ਵੀ ਆਪਣੇ ਆਪ ਹੀ ਆ ਜਾਏਗੀ ਉਹਦਾ ਪਿਤਾ ਠਾਕੁਰ ਦਾਸ ਭਾਵੇਂ ਅਨਪੜ੍ਹ ਆਦਮੀ ਸੀ ਪਰ ਉਹਨੂੰ ਸਮਾਜਿਕ ਯਥਾਰਥ ਦਾ ਪਤਾ ਸੀ ਤੇ ਉਹ ਦੂਰ ਦੀ ਸੋਚਣ ਵਾਲਾ ਮਨੁੱਖ ਸੀ ਉਹ ਹਮੇਸ਼ਾ ਇਹਨੂੰ ਕਾਮ ਰੇਡਾਂ ਦਾ ਖੜਾ ਛੱਡਣ ਤੇ ਪੜ ਕੇ ਇਸ ਜ਼ਲਾਲਤ ਭਰੀ ਜ਼ਿੰਦਗੀ ਚੋਂ ਨਿਕਲਣ ਲਈ ਪ੍ਰੇਰਿਤ ਆ ਰਹਿੰਦਾ ਸੀ ਜਿਵੇਂ ਮਲਵਈ ਔਰਤਾਂ ਮੇਰੇ ਪਿਓ ਤੇ ਆ ਸਾਲਿਆਂ ਦੀ ਕਰਾਰੀ ਗਾਲ ਕੱਢਦੀਆਂ ਉਸੇ ਤਰ੍ਹਾਂ ਉਹਦਾ ਭਾਈਆ ਉਹਨੂੰ ਉਹੀ ਗਾਲ ਮਿੱਠੀ ਬਣਾ ਕੇ ਕੱਢਦਾ ਹੁੰਦਾ ਸੀ ਮਾਮਾ ਤੂੰ ਆਪਣੇ ਘਰ ਚ ਤਾਂ ਪਹਿਲਾ ਪਹਿਲਾ ਇਨਕਲਾਬ ਲਿਆ ਕਿ ਜੋ ਮਰਜ਼ੀ ਕਰੇ ਜਦੋਂ ਦੇਖੋ ਰੂਸ ਅਮਰੀਕਾ ਦੀਆਂ ਗੱਲਾਂ ਕਰਨ ਡੈ ਪੈਂਦਾ ਆਪ ਸਭਿਆਰ ਨੂੰ ਅਜੇ ਦਿੱਲੀ ਨਹੀਂ ਟੱਪਿਆ ਫੜੀ ਫਿਰਦਾ ਹਰ ਵੇਲੇ ਇਨਕਲਾਬ ਦਾ ਛੰਝ ਪਿਤਾ ਵੱਲੋਂ ਇਸ ਜਲਾਲਤ ਪਰ ਜਿੰਦਗੀ ਚੋਂ ਨਿਕਲਣ ਲਈ ਲਗਾਤਾਰ ਦਿੱਤੀ ਜਾਂਦੀ ਹਲਾਸ਼ੇਰੀ ਤੇ ਤਾਨਿਆਂ ਨੇ ਬਲਬੀਰ ਨੂੰ ਪੜ੍ਹਾਈ ਦੇ ਰਸਤੇ ਤੇ ਤੋਰੀ ਰੱਖਿਆ ਉਹ ਵੀ ਸਮਝ ਗਿਆ ਸੀ ਕਿ ਸਾਡੀ ਮੁਕਤੀ ਦਾ ਰਾਹ ਤਾਂ ਬਸ ਹੁਣ ਇਹੀ ਹੈ ਨਹੀਂ ਤਾਂ ਸਾਰੀ ਉਮਰ ਜੱਟਾਂ ਤੋਂ ਆਪਣੇ ਆਪਣਾ ਚੰਮ ਲੁਹਾਣਾ ਪਊ ਉਹਨੂੰ ਸ਼ੁਰੂ ਤੋਂ ਹੀ ਉੱਚੀਆਂ ਜਾਤਾਂ ਖਾਸ ਕਰਕੇ ਜੱਟਵਾਦ ਨਾਲ ਨਫ਼ਰਤ ਹੋ ਗਈ ਸੀ ਜਦੋਂ ਉਹਦੀ ਮਾਂ ਜੱਟਾਂ ਦੀ ਹਵੇਲੀ ਪਸ਼ੂਆਂ ਦਾ ਗੋਹਾ ਕੋੜਾ ਕਰਨ ਜਾਂਦੀ ਸੀ ਤਾਂ ਉਹਨੂੰ ਵੀ ਨਾਲ ਹੀ ਲੈ ਜਾਂਦੀ ਸੀ ਉਹਦਾ ਬਾਲਮਨ ਸੋਚਦਾ ਕਿ ਜਦੋਂ ਉਹਨੇ ਕਰਨਾ ਹੀ ਕੁਝ ਨਹੀਂ ਤਾਂ ਉਹਨੂੰ ਉਸਦੀ ਮਾਂ ਨਾਲ ਕਿਉਂ ਲੈ ਆਉਂਦੀ ਹੈ ਪਰ ਹੌਲੀ-ਹੌਲੀ ਉਹਦੇ ਬਾਲਮਨ ਨੂੰ ਸੋਝੀ ਆ ਗਈ ਕਿ ਉਹ ਤਾਂ ਆਪਣੀ ਮਾਂ ਦਾ ਰਖਵਾਲਾ ਬਣ ਕੇ ਆਇਆ ਛੋਟੀਆਂ ਕਲਾਸਾਂ 'ਚ ਜਦੋਂ ਨਲਕੇ ਤੋਂ ਪਾਣੀ ਪੀ ਕੇ ਹਟਦਾ ਤਾਂ ਜੱਟਾਂ ਦੇ ਮੁੰਡੇ ਨਲਕੇ ਦੇ ਉਸ ਥਾਂ ਨੂੰ ਦੁਬਾਰਾ ਧੋਂਦੇ ਜਿਵੇਂ ਬਲਬੀਰ ਦੇ ਹੱਥ ਲੱਗੇ ਹੁੰਦੇ ਸਨ ਵੱਡੀਆਂ ਜਮਾਤਾਂ ਛੋਕੇ ਵੀ ਉਹ ਛੁੱਟੀ ਵਾਲੇ ਦਿਨ ਖੇਤਾਂ 'ਚ ਦਿਹਾੜੀਆਂ ਕਰਨ ਜਾਂਦਾ ਉਦੋਂ ਵੀ ਜ਼ਿਮੀਂਦਾਰ ਉਹਨੂੰ ਜਾਤੀ ਗੱਤ ਟਕੋਰਾ ਮਾਰਨੋਂ ਨਹੀਂ ਸੀ ਹਟਦਾ ਪਿੰਡ ਦੀ ਵਿਗੜੀ ਹੋਈ ਜਟੌੜ ਉਹਨਾਂ ਦੇ ਵੇੜੇ ਆ ਕੇ ਉਹਨਾਂ ਉੱਪਰ ਧੌਂਸ ਜਮਾਉਂਦੀ ਤੇ ਉਹਨਾਂ ਦੀਆਂ ਔਰਤਾਂ ਤੇ ਪੱਠੇ ਵੱਢਣ ਦੇ ਝੂਠੇ ਇਲਜ਼ਾਮ ਲਾਉਂਦੇ ਉਹਨਾਂ ਦੀਆਂ ਨਜ਼ਰਾਂ 'ਚ ਵੇੜੇ ਦੀਆਂ ਔਰਤਾਂ ਭੋਗਣ ਯੋਗ ਵਸਤੂਆਂ ਸਨ ਉਹਦੇ ਹਾਣੀ ਮੁੰਡੇ ਵੀ ਉਹਦੇ ਪਿਓ ਤੇ ਚਾਚੇ ਤਾਇਆ ਨੂੰ ਉਹਨਾਂ ਦੇ ਨਾਂ ਲੈ ਕੇ ਬੁਲਾਉਂਦੇ ਜਦੋਂ ਕਿ ਉਹ ਤੇ ਉਹਦੀ ਬਰਾਦਰੀ ਦੇ ਦੂਜੇ ਮੁੰਡੇ ਪਿੰਡ ਦੇ ਬੰਦਿਆਂ ਨੂੰ ਚਾਚਾ ਤਾਇਆ ਬਾਬਾ ਆਦ ਨਾਲ ਸੰਬੋਧਨ ਕਰਦੇ ਇਸੇ ਤਰ੍ਹਾਂ ਛੋਟੀ ਉਮਰ ਦੀਆਂ ਜੱਟੀਆਂ ਉਹਦੀ 100 ਸਾਲ ਨੂੰ ਢੁਕੀ ਦਾਦੀ ਨੂੰ ਹਰੋ ਕਹਿ ਕੇ ਬੁਲਾਉਂਦੀਆਂ ਤੇ ਜੱਟਾਂ ਦੇ ਵਿਗੜੇ ਕਾਕੇ ਉਹਨਾਂ ਦੀ ਔਰਤਾਂ ਨੂੰ ਮੁਖੌਲ ਕਰਨੋਂ ਨੱਟ ਰਲਦੇ ਇੱਕ ਸ਼ਰਾਰਤੀ ਉਹਦੀ ਦਾਦੀ ਨੂੰ ਹਮੇਸ਼ਾ ਇਹ ਟੋਟਕਾ ਸੁਣਾ ਕੇ ਭੱਜ ਜਾਂਦਾ ਸੀ ਤੁਹਾਡੀ ਸਤੋ ਦੇ ਜਾਰ ਕੋਈ ਕੋਈ ਤੇ ਫਿਰ ਉਹਦੀ ਦਾਦੀ ਗਾਲਾਂ ਦਾ ਮੀਂਹ ਵਿਰਾਹ ਦਿੰਦੀ ਕਿਹੜੀ ਨਖਸਮੀ ਦਾ ਖੜਾ ਹੋ ਜਰਾ ਚੀਰ ਕੇ ਦੋ ਥਾਈਂ ਕਰਾ ਕੰਜਰਾਂ ਦੇ ਜਾਨੀ ਦਾ ਜਦੋਂ ਨੰਗ ਦਾ ਟਾਂਚ ਕਰਕੇ ਦੌੜ ਜਾਂਦਾ ਮੇਰੇ ਪੇ ਦਾ ਸਾਲਾ ਉਹਨੂੰ ਔਤ ਜਾਣੇ ਨੂੰ ਫੇਰ ਸ਼ਰਮ ਨਹੀਂ ਆਉਂਦੀ ਮਸ਼ਕਰੀਆਂ ਕਰਦੇ ਨੂੰ ਮੇਤੋ ਕਿਹੜਾ ਸਿਆਣ ਹੋਇਆ ਉੱਦਲ ਜਾਣੀ ਦਾ ਫੁੜਕੀ ਪੈਣ ਦੀ ਲੂ ਹੋਣੀ ਜ਼ੁਬਾਨ ਹੀ ਪਛਾਣਦੀ ਆ ਜੀਬ ਧੋਂਗੀ ਕਿਸੇ ਦਿਨ ਹੱਥ ਆਵੇ ਇੱਕ ਵਾਰੀ ਮੈਕੈਨੀਆਂ ਪਈ ਸਭ ਤੋਂ ਬੁਛੇਰੀ ਹੋਊਗੀ ਤੁਹਾਡੀ ਹਰਾਮ ਦੀ ਔਲਾਦ ਤੇ ਬਲਬੀਰ ਨੂੰ ਜਾਪਦਾ ਕਿ ਉਹਦੀ ਦਾਦੀ ਕੋਲ ਗਾਲ ਸ਼ਬਦਾਂ ਦੇ ਨੁਕੀਲੇ ਤੀਰਾਂ ਦਾ ਅਮੁੱਕ ਪੰਡਾਰ ਜਿੱਥੇ ਮਾਧੂਪੁਰ ਦੇ ਜੱਟ ਭਾਈਚਾਰੇ ਪ੍ਰਤੀ ਬਲਬੀਰ ਦੇ ਦਿਲ 'ਚ ਨਫ਼ਰਤ ਤੇ ਰੋਸ ਪੈਦਾ ਹੋ ਗਿਆ ਸੀ ਉੱਥੇ ਮਾਧੂਪੁਰ ਦੇ ਨਾਲ ਹੀ ਵਸੇ ਛੋਟੇ ਜਿਹੇ ਪਿੰਡ ਸੋਲਪੁਰ ਦੇ ਇੱਕ ਜੱਟ ਪਰਿਵਾਰ ਨਾਲ ਉਹਨਾਂ ਦਾ ਰੂਹ ਦਾ ਰਿਸ਼ਤਾ ਬਣਿਆ ਹੋਇਆ ਸੀ ਇਸ ਪਰਿਵਾਰ ਦਾਜੀਤ ਸਿੰਘ ਤੇ ਉਹਦਾ ਪਿਤਾ ਬਿਨਾਂ ਪੱਗਾਂ ਵਟਾਏ ਪੱਗਵਟ ਭਰਾ ਬਣੇ ਸਨ।ਜੀਤ ਸਿੰਘ ਨੇ ਉਹਦੇ ਪਿਤਾ ਨੂੰ ਕਿਹਾ ਸੀ ਠਾਕਰਾ ਇਹ ਲੈ ਆਪਣੇ ਕੋਲ ਪੱਗਾਂ ਨਹੀਂ। ਅੱਜ ਤੂੰ ਮੀ ਗੋਕੇ ਦੇ ਪਿੰਡੇ ਤੇ ਹੱਥ ਰੱਖ ਲੈ। ਅੱਜ ਤੂੰ ਆਪਾਂ ਭਰਾ ਬਣ ਗਏ।ਜੀਤ ਸਿੰਘ ਦੀ ਬੇਵਕਤੀ ਮੌਤ ਉਪਰੰਤ ਵੀ ਦੋਹਾਂ ਪਰਿਵਾਰਾਂ ਦਾ ਉਸੇ ਤਰ੍ਹਾਂ ਮੇਲਜੋਲ ਬਣਿਆ ਰਿਹਾ।ਜੀਤ ਸਿੰਘ ਦੀ ਘਰ ਵਾਲੀ ਮਲਕੀਤ ਕੌਰ ਨੂੰ ਬਹੁਤ ਮੋਹ ਕਰਦੀ ਤੇ ਬਲਵੀਰ ਵੀ ਤਾਈ ਤਾਈ ਕਰਦਾ ਉਹਦੇ ਪਿੱਛੇ-ਪਿੱਛੇ ਮੇਮਣੇ ਵਾਂਗ ਤੁਰਿਆ ਫਿਰਦਾ। ਉਹ ਲਿਖਦਾ ਹੁਣ ਵੀ ਜਦੋਂ ਮੇਰੇ ਰੂਮਾਂ 'ਚ ਰਚੇ ਇਸ ਜੱਟ ਪਰਿਵਾਰ ਦੇ ਮੋਹ ਤੇ ਦਾ ਖਿਆਲ ਆਉਂਦਾ ਹੈ ਮੈਨੂੰ ਲੱਗਦਾ ਜਿਵੇਂ ਉਹ ਸਾਡੀ ਜ਼ਿੰਦਗੀ ਦੇ ਰੇਗਿਸਤਾਨ 'ਚ ਵਗਿਆ ਦਰਿਆ ਹੋਵੇ ਜਿਸ ਸਦਕਾ ਥੋੜੀ ਥੋੜੀ ਹਰਿਆਲੀ ਪਾ ਮਾਰਨ ਲੱਗ ਪਈ ਹੋਵੇ ਜੱਟਵਾਦ ਨਾਲ ਨਫ਼ਰਤ ਦੇ ਨਾਲ ਨਾਲ ਉਹਨੂੰ ਹਿੰਦੂ ਵਰਣ ਧਰਮ ਨਾਲ ਵੀ ਅੰਤਾਂ ਦੀ ਨਫ਼ਰਤ ਹੋ ਗਈ ਸੀ ਜਿਸ ਧਰਮ ਨੇ ਉਹਨਾਂ ਨੂੰ ਜ਼ਲਾਲਤ ਭਰੀ ਜ਼ਿੰਦਗੀ ਬਖਸ਼ ਦਿੱਤੀ ਸੀ ਇਸ ਨਫ਼ਰਤ ਕਰਕੇ ਉਸ ਸੁੱਕੇ ਗੋਹ ਨੂੰ ਵਾਹਮਣ ਕਹਿੰਦੇ ਸਨ ਉਹਨਾਂ ਨੂੰ ਆਪਣੇ ਨਾਂ ਦੇ ਨਾਲ ਲੱਗੇ ਚੰਦ ਤੋਂ ਵੀ ਸਖਤ ਨਫ਼ਰਤ ਸੀ ਇਹ ਸ਼ਬਦ ਕਰਕੇ ਉੱਤੇ Hindu ਹੋਣ ਦਾ ਠੱਪਾ ਲੱਗਦਾ ਸੀ ਬਾਅਦ ਵਿੱਚ ਉਹਨੇ ਆਪਣੇ ਨਾਂ ਨਾਲ ਲੱਗੇ ਇਸ ਦਾਗੀ ਚੰਦ ਤੋਂ ਖੜਾ ਛੁਡਾ ਕੇ ਆਪਣੇ ਨਾਂ ਨਾਲ ਮਾਧੂਪਰੀ ਜੋੜ ਲਿਆ ਸੀ ਉਹ ਬਚਪਨ ਤੋਂ ਹੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਬੱਚਾ ਸੀ ਜੋ ਉੱਚ ਜਾਤੀਆਂ ਖਾਸ ਕਰਕੇ ਜੱਟਾਂ ਵੱਲੋਂ ਕਮੀਆਂ ਕਮੀਣਾ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਨੂੰ ਵੇਖ ਜਾਣ ਕੇ ਬੇਚੈਨ ਹੋ ਜਾਂਦਾ ਸੀ ਗੁਰਦੁਆਰੇ ਦੇ ਭਾਈ ਜੀ ਵੱਲੋਂ ਬੇੜੇ ਦੇ ਬੱਚਿਆਂ ਨੂੰ ਪ੍ਰਸ਼ਾਦ ਦੇਣ ਸਮੇ ਕੱਡੀਆਂ ਗਾਲਾਂ ਤੇ ਉਚਾਈ ਤੋਂ ਉਹਨਾਂ ਦੇ ਹੱਥਾਂ 'ਚ ਸੁੱਟਿਆ ਪ੍ਰਸ਼ਾਦ ਜੋ ਕਈ ਵਾਰੀ ਵੀ ਡਿੱਗ ਪੈਂਦਾ ਆਦ ਗੱਲਾਂ ਉਹਨੂੰ ਪਰੇਸ਼ਾਨ ਕਰਦੀਆਂ ਤੇ ਉਹ ਸੋਚਦਾ ਇਦਾਂ ਦੇ ਪ੍ਰਸ਼ਾਦ ਲੈਣ ਨਾਲੋਂ ਕੀ ਥੋੜਿਆ ਉਹਨੂੰ ਭਿੱਟ ਸ਼ਬਦ ਜ਼ਹਿਰ ਵਰਗਾ ਜਾਪਦਾ ਤੇ ਉਹ ਹੈਰਾਨ ਹੁੰਦਾ ਕਿ ਜਿਹੜੇ ਅਨਾਜ ਨੂੰ ਉਹਦੇ ਪਿਤਾ ਜਾਂ ਚਾਚਿਆਂ ਤਾਇਿਆਂ ਨੇ ਆਪ ਜੱਟਾਂ ਦੇ ਭੜੋਲਿਆਂ 'ਚ ਪਾਇਆ ਉਹ ਉਹੀ ਅਨਾਜ ਉਹਨੂੰ ਲੇਚ ਪੈਨ ਤੋਂ ਬਾਅਦ ਉਹਨਾਂ ਦੇ ਹੱਥ ਲੱਗਣ ਨਾਲ ਕਿਵੇਂ ਪਿੱਟਿਆ ਜਾਂਦਾ ਹੈ। ਉਹਨੂੰ ਇਹ ਵੀ ਸਮਝ ਨਾ ਆਉਂਦੀ ਕਿ ਕੁੱਤੇ ਬਿੱਲੇ ਤਾਂ ਜੱਟਾਂ ਦੇ ਚੌਂਤਰਿਆਂ 'ਚ ਮਰਜ਼ੀ ਨਾਲ ਘੁੰਮ ਫਿਰ ਸਕਦੇ ਆਂ। ਪਰ ਕਮੀਕਮੇਣ ਬੱਚੇ ਦਾ ਉਹਨਾਂ ਦੇ ਚੌਂਤਰੇ ਚੜਨਾ ਕਿਉਂ ਵਰਜਤ ਹੁੰਦਾ ਸੀ। ਉਹਦਾ ਬਾਲਮਾਨੇ ਵੇਖ ਕੇ ਵੀ ਬੜਾ ਦੁਖੀ ਹੁੰਦਾ ਕਿ ਜੱਟਾਂ ਦੇ ਜਵਾਕ ਆਪਣੇ ਭਾਂਡਿਆਂ 'ਚ ਬਿੱਲੀ ਦੇ ਬਲੂਂਗੜਿਆਂ ਨੂੰ ਤਾਂ ਦੁੱਧ ਪਿਆ ਦਿੰਦੇ ਆਂ ਪਰ ਉਹਦੀ ਜਾਤੀ ਦੇ ਬੰਦਿਆਂ ਨੂੰ ਆਪਣੇ ਭਾਂਡਿਆਂ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ। ਉਹ ਸਮਝਦਾ ਸੀ ਜੱਟਾਂ ਵੱਲ ਉਹਨਾਂ ਨਾਲ ਅਜੀਹਾ ਵਿਹਾਰ ਕਰਨ ਦਾ ਕਾਰਨ ਹੈ। ਕਿ ਉਹ ਜ਼ਮੀਨਾਂ ਦੇ ਮਾਲਕ ਹਨ ਉਹਦੇ ਮਨ ਚਾਉਂਦਾ ਕਿ ਕਾਸ਼ ਉਹਨਾਂ ਕੋਲ ਵੀ ਜ਼ਮੀਨਾਂ ਹੁੰਦੀਆਂ ਇਸ ਕਰਕੇ ਉਹਦਾ ਮੁੱਢ ਤੋਂ ਹੀ ਚੁਕਾ ਕਾਮਰੇਡਾਂ ਵੱਲ ਹੋ ਗਿਆ ਸੀ ਤੇ 20 ਸਾਲ ਦੀ ਉਮਰ ਚ ਪਾਰਟੀ ਦਾ ਕਾਰਡ ਹੋਲਡਰ ਬਣ ਗਿਆ ਸੀ ਤੇ ਉਹ ਪੰਜਾਬ ਭਰ ਤੱਕ ਹੀ ਦਿੱਲੀ ਤੱਕ ਕਾਮਰੇਡਾਂ ਦੇ ਹੋਣ ਵਾਲੇ ਧਰਨੇ ਮੁਜ਼ਾਹਰਿਆਂ ਜਲੂਸਾਂ ਆਦ ਵਿੱਚ ਆਪਣੇ ਪਿੰਡੋਂ ਵੱਧ ਤੋਂ ਵੱਧ ਬੰਦੇ ਲੈ ਕੇ ਪੂਰੇ ਜੋਸ਼ੋਖ ਰੋਸ਼ ਨਾਲ ਸ਼ਾਮਲ ਹੁੰਦਾ ਸੀ ਤੇ ਉਹ ਕੇਂਦਰ ਦੀ ਕਾਂਗਰਸ ਸਰਕਾਰ ਖਿਲਾਫ ਉੱਚੇ ਵਾਸਤੇ ਨਾਰੇ ਮਾਰਦੇ ਇੰਦਰਾ ਗਾਂਧੀ ਦਾ ਦੇਖੋ ਖੇਲ ਖਾ ਗਈ ਬਿਜਲੀ ਪੀ ਗਈ ਤੇ ਉਹਨਾਂ ਨੂੰ ਉਮੀਦ ਸੀ ਕਿ ਇਨਕਲਾਬ ਦੇ ਆਉਣ ਨਾਲ ਸਭ ਲੋਕ ਬਰਾਬਰ ਹੋ ਜਾਣਗੇ ਤੇ ਉਹਨਾਂ ਨੂੰ ਇਸ ਨਰਕਮਈ ਜ਼ਿੰਦਗੀ ਚੋਂ ਰੂਸਵੰਗ ਆਇਆ ਇਨਕਲਾਬ ਹੀ ਕਰ ਸਕਦਾ ਸੀ ਤੇ ਜਾਂ ਫਿਰ ਦੂਜਾ ਰਸਤਾ ਸੀ ਪੜਾਈ ਪੜਾਈ ਤੇ ਪੜਾਈ ਤੇ ਬਲਬੀਰ ਪੜਦਾ ਗਿਆ ਪੜਦਾ ਗਿਆ 1977 ਚ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਆਨਰਸ ਨਾਲ ਪਾਸ ਕਰ ਲਏ ਮ.ਏ ਦੇ ਪਹਿਲੇ ਸਾਲ ਹੀ ਉਹ ਆਪਣੇ ਘਰ 'ਚ ਇਨਕਲਾਬ ਲਿਆਉਣ ਤੋਂ ਸਫਲ ਹੋ ਗਿਆ। ਉਹਦਾ ਐਫਸੀਆਈ ਵਿੱਚ ਏਜੀ ਗ੍ਰੇਡ 3 'ਚ ਨਿਯੁਕਤੀ ਹੋ ਗਈ ਸੀ। ਉਹ ਸਰਕਾਰੀ ਨੌਕਰ ਤਾਂ ਹੋ ਗਿਆ ਪਰ ਸਭ ਤੋਂ ਵੱਧ ਪ੍ਰੇਸ਼ਟ ਸਮਝੇ ਤੇ ਚੋਰਾ ਦਾ ਵਿਭਾਗ ਕਹੇ ਜਾਂਦੇ ਇਸ ਵਿਭਾਗ ਦੇ ਕਾਮਰੇਡ ਬੰਦੇ ਦਾ ਹੋਣਾ ਅ ਸਕੁਅਰ ਪੈਗ ਇਨ ਅ ਰਾਉਂਡ ਹੋਲ ਵਾਲੀ ਗੱਲ ਹੀ ਸੀ। ਰਿਸ਼ਵਤ ਉਹ ਲੈਂਦਾ ਨਹੀਂ ਸੀ ਤੇ ਨਾ ਹੀ ਸ਼ਰਾਬ ਪੀਂਦਾ ਸੀ। ਉਹਦੇ ਸਾਥੀਆਂ ਵੱਲੋਂ ਉਹਨੂੰ ਕਾਣਾ ਕਰਨ ਦੀਆਂ ਹੋਰ ਤਰਕੀਬਾਂ ਸੋਚੀਆਂ ਜਾਂਦੀਆਂ। ਉਹਦੇ ਅਫਸਰਾਂ ਵੱਲੋਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਉਹਦੀ ਆਕਸੀਜਨ ਦੂਰ ਦਰੇਡੀ ਡਿਊਟੀ ਲਈ ਜਾਂਦੀ। ਨਿਮਨ ਜਾਤੀ ਦੀਆਂ ਮਜ਼ਦੂਰ ਔਰਤਾਂ ਦਾ ਇਥੇ ਜਿੰਸੀ ਸ਼ੋਸ਼ਣ ਹੁੰਦਾ ਵੇਖ ਕੇ ਉਹਦਾ ਮਨ ਹੋਰ ਵੀ ਦੁਖੀ ਹੁੰਦਾ। ਉਹਨਾਂ ਔਰਤਾਂ ਨੂੰ ਹਮੇਸ਼ਾ ਹੀ ਸਮਝਾਉਣਾ ਰਹਿੰਦਾ ਕਿ ਇੱਜ਼ਤ ਨਾਲ ਕਿਵੇਂ ਰਿਹਾ ਜਾਂਦਾ। ਸਮਝਾਤਾ ਆਪਣੀਆਂ ਮਾਵਾਂ ਭੈਣਾਂ ਨੂੰ ਇੱਕ ਦਿਨ ਜਦੋਂ ਉਹ ਔਰਤਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਚੱਕੇ ਉਹ ਲਿਓ। ਅਚਾਨਕ ਨਿਕਲੇ ਇੱਕ ਮੁਲਾਜ਼ਮ ਸਾਥੀ ਨੇ ਉਹਨੂੰ ਟੀਚਰ ਕੀਤਾ। ਪਰ ਉਹ ਆਪਣੇ ਹੀ ਸਾਥੀਆਂ ਵੱਲੋਂ ਕੀਤੀਆਂ ਜਾਂਦੀਆਂ ਇਹਨਾਂ ਵਧਿਕੀਆਂ ਨੂੰ ਅੰਗੋਲੇ ਕਰਕੇ ਆਪਣੇ ਅਸੂਲਾਂ ਤੇ ਡਟਿਆ ਰਿਆ ਨਾ ਡਰਿਆ ਨਾ ਡੋਲਿਆ ਤੇ ਫਿਰ 5 ਕੁ ਸਾਲ ਇਸ ਮਹਿਕਮੇ ਚ ਖੱਜਲ ਖਵਾਰ ਹੋਣ ਤੋਂ ਬਾਅਦ ਉਹਨੇ ਦਿੱਲੀ ਚ ਇੱਕ ਵੱਡੇ ਅਹੁਦੇ ਤੇ ਕੰਮ ਕਰਦੇ ਆਪਣੇ ਭੂਆ ਦੇ ਪੁੱਤ ਦੀ ਅਗਵਾਈ ਹੇਠ ਯੂਪੀਐਸਸੀ ਦਾ ਇੱਕ ਇਮਤਿਹਾਨ ਪਾਸ ਕਰ ਲਿਆ ਤੇ ਉਹਦੀ 1983 ਚ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਮੋਟਰ ਕਲਾਸ 2 ਨਾਨ ਗੈਜ਼ਟਿਡ ਅਫਸਰਵਲ ਜਲੰਧਰ ਚ ਸਥਿਤ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਦਫ਼ਤਰ ਚ ਨਿਯੁਕਤੀ ਹੋਈ ਇਕ ਅ fırsਰ ਵਜੋਂ ਨਿਕਤੀ ਹੋ ਜਾਣ ਤੇ ਉਹਦੀ ਸ਼ਖਸੀਅਤ 'ਚ ਵਿਲੱਖਣ ਨਿਖਾਰ ਆਉਣ ਲੱਗਾ। ਉਹਨੂੰ ਹੋਰ ਮੌਲਣ ਵਿਗਸਨ ਦੇ ਮੌਕੇ ਮਿਲਣ ਲੱਗੇ ਤੇ ਨਵੀਆਂ ਯਾਰੀਆਂ ਦੋਸਤੀਆਂ ਵੀ ਹਾਸਲ ਹੋਣ ਲੱਗੀਆਂ। ਨਵਾਂ ਜ਼ਮਾਨਾ ਅਖਬਾਰ 'ਚ ਉਹਦਾ ਜਾਣ ਆਉਣ ਬਣਨ ਨਾਲ ਉਹਨੂੰ ਕਾਮਰੇਡ ਸੁਰਜਨ ਜ਼ੀਰਵੀ ਦਾ ਸਾਥ ਮਿਲਿਆ ਤੇ ਬਲਬੀਰ ਪਰਵਾਨਾ ਨਾਲ ਦੋਸਤੀ ਹੋਰ ਪੱਕੀ ਹੋਈ। ਇੱਥੇ ਰਹਿ ਕੇ ਉਹ ਆਪਣੇ ਕੰਮ 'ਚ ਨਿਪੁੰਨ ਵੀ ਹੁੰਦਾ ਗਿਆ। ਰੂਸੀ ਸਾਹਿਤ ਪੜ੍ਹ ਕੇ ਉਹਦੀ ਮਾਰਕਸੀ ਵਿਚਾਰਧਾਰਾ ਨੂੰ ਹੋਰ ਬਲ ਮਿਲਣ ਲੱਗਿਆ। ਖੱਬੇ ਪੱਖੀ ਵਿਚਾਰਧਾਰਾ ਉਸ ਨਾਲ ਸੰਬੰਧਿਤ ਕਿਤਾਬਾਂ ਤੇ ਸੋਵੀਅਤ ਯੂਨੀਅਨ ਦੇ ਭੂਗੋਲਕ ਸੱਭਿਆਚਾਰਕ ਪ੍ਰਬੰਧਕੀ ਢਾਂਚੇ ਤੀਜੀ ਜੰਗ ਸੰਭਾਵੀ ਵਿਗਿਆਨਕ ਤੇ ਤਕਨੀਕੀ ਤਰੀਕਿਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਉਹਦੇ ਲੇਖ ਨਵਾਂ ਜ਼ਮਾਨਾ ਤੇ ਅਜੀਤ ਛਪਣ ਲੱਗੇ। ਕਈ ਸਾਥੀ ਉਹਨੂੰ ਸੋਵੀਅਤ ਯੂਨੀਅਨ ਦਾ ਪ੍ਰਤੀਨਿਧ ਪੱਤਰਕਾਰ ਕਹਿ ਕੇ ਮੁਖੌਲ ਵੀ ਕਰਦੇ। ਕਦੇ-ਕਦੇ ਉਹ ਅਤਵਾਦ ਦਾ ਵਿਰੋਧ ਕਰਦੀਆਂ ਕਵਿਤਾਵਾਂ ਤੇ ਚਿੱਠੀਆਂ ਲਿਖਦਾ ਤੇ ਅਖਬਾਰਾਂ ਆਦਿ ਵਿੱਚ ਛਪਵਾਉਂਦਾ ਤੇ ਕਦੇ ਉਹ ਪੂੰਜੀਵਾਦੀ ਮੁਲਕਾਂ ਦੀ ਸਰਦਾਰ ਅਮਰੀਕਾ ਖਿਲਾਫ ਵੀ ਕਵਿਤਾਵਾਂ ਲਿਖ ਕੇ ਆਪਣੀ ਪੜਾਅਸ ਕਰਦਾ ਮੈਂ ਜ਼ਿੰਦਗੀ ਦੇ ਫਿਕਰਾਂ ਨਾਲ ਲੈਸਾਂ ਇੰਜ ਡੀਗੋ ਗਾਰਸ਼ੀਆ ਜਿਵੇਂ ਹਥਿਆਰਾਂ ਨਾਲ ਮੇਰਾ ਤਨ ਮਨ ਹੈ ਉਸ ਕੋਲ ਹੈ ਇਸ ਤਰ੍ਹਾਂ ਅਮਰੀਕਾ ਕੋਲ ਜਿਵੇਂ ਗਿਰਵੀ ਪਾਕਿਸਤਾਨ ਵਧੀਆ ਸਰਕਾਰੀ ਨੌਕਰ ਮਿਲਣ ਨਾਲ ਉਹਦੀ ਆਪਣੀ ਜ਼ਿੰਦਗੀ ਦਾ ਸਫ਼ਰ ਤਾਂ ਹਨੇਰੇ ਤੋਂ ਚਾਨਣ ਚ ਪ੍ਰਵੇਸ਼ ਕਰ ਗਿਆ ਸੀ ਪਰ ਉਸ ਸਮੇਂ ਸਾਰੇ ਪੰਜਾਬ ਦਾ ਜਨ ਜੀਵਨ ਕਾਲੇ ਦੌਰ ਚ ਦਾਖਲ ਹੋ ਚੁੱਕਾ ਸੀ ਕੋਈ ਪਤਾ ਨਹੀਂ ਸੀ ਹੁੰਦਾ ਸਵੇਰੇ ਘਰੋਂ ਨਿਕਲੇ ਮਨੁੱਖ ਨੇ ਸ਼ਾਮ ਨੂੰ ਘਰ ਚ ਪੈਰ ਪਾਉਣਾ ਹੈ ਜਾਂ ਨਹੀਂ ਕਾਮ ਰੇਡਾਂ ਦੇ ਉੱਪਰ ਤਾਂ ਵਿਸ਼ੇਸ਼ ਤੌਰ ਤੇ ਖਤਰੇ ਦੇ ਬੱਦਲ ਮੰਡਰਾਉਂਦੇ ਹੀ ਰਹਿੰਦੇ ਸੀ ਇੱਕ ਵਾਰ ਡੂੰਗੇ ਨੇਰੇ ਚ ਜਦੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਏਕੇ 47 ਨਾਲ ਲੈਸ ਦੋ ਅਤਵਾਦੀ ਲੁਟੇਰਿਆਂ ਨੇ ਉਹਦਾ ਪਰਸ ਤੇ ਘੜੀ ਲੁੱਟ ਲਏ ਸਨ ਤੇ ਉਹਦੇ ਸਿਰ ਤੇ ਪੱਗ ਬੰਨੀ ਹੋਣ ਕਰਕੇ احਸਾਨ ਕਰਦੇ ਕਿਹਾ ਸੀ ਕਿ ਸਿੱਖ ਭਰਾ ਹੋਣ ਕਰਕੇ ਤੇਰੀ ਜਾਨ ਬਖਸ਼ ਰਿਹਾ ਹੈ ਪਿੰਡ ਆ ਕੇ ਉਹ ਸਿੱਧਾ ਬੰਦੂਕ ਵਾਲੇ ਫੌਜੀ ਦੇ ਘਰ ਗਿਆ ਸੀ ਤਾਂ ਕਿ ਉਹਦੀ ਬੰਦੂਕ ਲੈ ਕੇ ਉਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਜਾ ਸਕੇ ਪਰ ਫੌਜੀ ਦੀ ਬੰਦੂਕ ਤਾਂ ਥਾਣੇ ਵਾਲਿਆਂ ਨੇ ਆਪਣੇ ਪਾਸ ਜਮ੍ਹਾਂ ਕਰਵਾਈ ਹੋਈ ਸੀ ਫਿਰ ਵੀ ਉਹਨੇ ਆਪਣੇ ਘਰਾਂ ਦੇ 5-6 ਨੌਜਵਾਨਾਂ ਨੂੰ ਨਾਲ ਲੈ ਕੇ ਡਾਂਗਾ ਸੋਟਿਆਂ ਤੇ ਹਥਿਆਰਾਂ ਨਾਲ ਹੀ ਦੂਰ ਤੱਕ ਉਹਨਾਂ ਘੜਕੂ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਫਿਰ ਉਹਦੀ ਜ਼ਿੰਦਗੀ 'ਚ ਇੱਕ ਹੋਰ ਵੱਡਾ ਮੋੜ ਆ ਗਿਆ ਉਹਦੀ ਤਰੱਕੀ ਹੋਣ ਦੇ ਨਾਲ ਹੀ ਮਾਰਚ 1987 'ਚ ਉਹਦੀ ਬਦਲੀ ਦਿੱਲੀ ਦੀ ਹੋ ਜਾਣਕਾਰਨ ਦੀ ਬਚਪਨ ਦੀ ਦਿੱਲੀ ਜਾ ਕੇ ਵਸਣ ਦੀ ਚਿਰੁੱਕਣੀ ਰੀਜ ਵੀ ਪੂਰੀ ਹੋ ਗਈ ਸੀ ਹੁਣ ਉਹ ਗੈਸਟਡ ਅਫਸਰ ਬਣ ਗਿਆ ਸੀ ਆਪਣੀ ਖੁਸ਼ੀ ਸਾਂਝੀ ਕਰਨ ਲਈ ਉਹ ਆਪਣੀ ਪਾਰਟੀ ਦੇ ਦਫਤਰ ਗਿਆ ਤਾਂ ਜ਼ਿਲ੍ਹਾ ਸਕੱਤਰ ਨੇ ਉਹਨੂੰ ਵਧਾਈ ਤਾਂ ਦਿੱਤੀ ਪਰ ਨਾਲ ਹੀ ਦੋ ਟੁਕ ਸਲਾਹ ਦੇ ਦਿੱਤੀ ਕਿ ਅਸੀਂ ਚਾਹਾਂਗੇ ਕਿ ਅੱਗੋਂ ਤੋਂ ਤੂੰ ਇੱਥੇ ਨਾ ਆਵੇਂ ਕਿਉਂਕਿ ਤੂੰ ਵੀ ਹੁਣ ਮੈਨੇਜਮੈਂਟ ਦਾ ਹਿੱਸਾ ਬਣ ਗਿਆ ਉਹਦਾ ਭਾਇਆ ਦਾ ਕਾਰਮ ਰੇਡਾਂ ਤੋਂ ਉਹਦਾ ਖਿਹੜਾ ਛੁੱਟ ਜਾਣ ਤੇ ਬਹੁਤ ਖੁਸ਼ ਸੀ ਭਾਈਏ ਨੂੰ ਪਤਾ ਸੀ ਕਿ ਜਲੰਧਰ ਰਹਿੰਦੇ ਆ ਉਹਨੇ ਕਾਮਰੇਡਾਂ ਨਾਲੋਂ ਆਪਣਾ ਸਾਥ ਨਹੀਂ ਸੀ ਛੱਡਣਾ ਉਹ ਕਹਿੰਦਾ ਹੁੰਦਾ ਸੀ ਬਲਬੀਰ ਤਾਂ ਸਾਥ ਦੇ ਕੁੱਤੇ ਵਾਂਗੂ ਜਿੱਥੇ ਕੋਈ ਬਗਲ 'ਚ ਝੋਲਾ ਚੁੱਕੀ ਕਾਮਰੇਡ ਦੇਖ ਲੈਂਦਾ ਉਹਦੇ ਮਗਰ ਤੁਰ ਪੈਂਦਾ ਪਰ ਬਲਬੀਰ ਉਦਾਸ ਸੀ ਉਹਨੂੰ ਬਹੁਤ ਆਪਣਾ ਬਹੁਤ ਕੁਝ ਖੁੱਸਦਾ ਜਾਪਿਆ ਤੇ ਉਹਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਮੋਰਚੇ ਤੇ ਸਿੱਦਤ ਤੇ ਸੁਹਿਰਦਤਾ ਨਾਲ ਲੜ ਰਿਹਾ ਕੋਈ ਜ਼ਖਮੀ ਸਿਪਾਈ ਫੇਰ ਪੰਜ ਹੋ ਗਿਆ ਹੋਵੇ ਪਾਰਟੀ ਨੇ ਇੱਕ ਤਰ੍ਹਾਂ ਨਾਲ ਉਸ ਲਈ ਬੂਹੇ ਬੰਦ ਕਰ ਦਿੱਤੇ ਸਨ ਪਰ ਫਿਰ ਵੀ ਉਹਨੇ ਸਮਾਜਿਕ ਤੇ ਆਰਥਿਕ ਨਾਬਰਾਬਰੀ ਖਿਲਾਫ ਡਟੇ ਰਹਿਣ ਦਾ ਪ੍ਰਣ ਕਰਕੇ ਦਿੱਲੀ ਵੱਲ ਕੂਚ ਕਰ ਲਿਆ। ਬਲਬੀਰ ਮਾਦੋਪੁਰੀ ਅਫਸਰ ਬਣ ਕੇ ਦਿੱਲੀ ਤਾਂ ਪਹੁੰਚ ਗਿਆ ਸੀ ਪਰ ਇਹ ਦਿੱਲੀ ਦਿਲ ਵਾਲੀ ਨਹੀਂ ਸੀ। ਉਹਦਾ ਜੀਵਨ ਸੰਘਰਸ਼ ਅਜੇ ਵੀ ਖਤਮ ਨਹੀਂ ਸੀ ਹੋਇਆ ਬਲਕਿ ਇੱਕ ਨਵੀਂ ਕਿਸਮ ਦਾ ਜੀਵਨ ਸੰਘਰਸ਼ ਸ਼ੁਰੂ ਹੋ ਗਿਆ ਸੀ। ਇਹ ਸਿਰੜੀ ਤੇ ਯੋਧੇ ਮਨੁੱਖ ਨੇ ਜੀਵਨ ਸੰਘਰਸ਼ ਦੀ ਇਹ ਲੜਾਈ ਵੀ ਬੜੀ ਸ਼ਿੱਦਤ ਨਾਲ ਲੜੀ। ਉਹ ਤਾਂ ਸ਼ੁਰੂ ਤੋਂ ਹੀ ਫਿਕਰਾਂ ਤੇ ਸੰਸੇ ਝੋਰੀਆਂ ਨੇ ਘੇਰਿਆ ਹੋਇਆ ਸੀ। ਤੇ ਵੱਡਾ ਸਰਕਾਰੀ ਅਫਸਰ ਬਣਨ ਦੇ ਵੀ ਉਹਦੇ ਇਹਨਾਂ ਸੰਸੇ ਝੋਰੀਆਂ ਦਾ ਅੰਤ ਨਾ ਹੋਇਆ। ਪੋ ਦੀ ਚਾਨਣੀ ਤੇ ਗਰੀਬ ਦੀ ਜਵਾਨੀ ਬਿਨਾਂ ਮਾਣੇ ਲੰਘ ਜਾਂਦੀ ਐ। ਵਾਂਗ ਉਹ ਵੀ ਉਮਰਾਂ ਦੇ ਤਿੰਨ دہਾਕੇ ਪਾਰ ਕਰ ਗਿਆ ਸੀ। ਉਹਨੂੰ ਵੀ ਆਪਣੇ ਵਿਆਹ ਦਾ ਖਿਆਲ ਆਇਆ। ਉਹਨੂੰ ਸਰਕਾਰੀ ਸੇਵਾ ਚ ਆਏ ਨੂੰ ਵੀ ਹੁਣ ਇੱਕ دہਾਕਾ ਹੋ ਚੱਲਿਆ ਸੀ। ਸਾਦੀ ਜੀ ਵਿਆਹ ਦੀ ਰਸਮ ਹੋਣ ਤੋਂ ਬਾਅਦ ਬਹੁਤ ਹੀ ਸੁੰਦਰ ਸੁਸ਼ੀਲ ਤੇ ਸੁਗੜ ਸਿਆਣੀ ਪਤਨੀ ਹਰਜਿੰਦਰ ਕੌਰ ਉਹਦੀ ਜ਼ਿੰਦਗੀ ਚ ਆਈ। ਪਹਿਲੀ ਤੇ ਸ਼ਾਇਦ ਆਖਰੀ ਵੀ ਇੱਕੋ ਹੀ ਔਰਤ ਹੈ ਜੋ ਹਰ ਦੁੱਖ ਸੁੱਖ ਜੋ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਹੈ ਇਸ ਔਰਤ ਦੇ ਸਾਥ ਤੇ ਮੋਰਲ ਸਪੋਰਟ ਬਿਨਾ ਉਹਦਾ ਅੱਜ ਦੇ ਸਥਾਨ ਤੇ ਪਹੁੰਚਣਾ ਨਾ ਸੰਭਵ ਸੀ ਘਰ ਤੇ ਬੱਚਿਆਂ ਦੀ ਦੇਖਭਾਲ ਤੋਂ ਇਲਾਵਾ ਉਹਦੇ ਪ੍ਰੂਫ ਰੀਡਿੰਗ ਦੇ ਕੰਮ ਵਿੱਚ ਵੀ ਸਹਿਯੋਗ ਕਰਦੀ ਰਹੀ ਹੈ ਉਹਦੇ ਸਾਥ ਵਿੱਚ ਸਮਾਂ ਤਾਂ ਖੰਭ ਲਾ ਕੇ ਉੱਡ ਰਿਹਾ ਸੀ ਤੇ 6 ਕੁ ਸਾਲਾਂ 'ਚ ਉਹ ਤਿੰਨ ਬੱਚਿਆਂ ਦਾ ਬਾਪ ਬਣ ਗਿਆ ਸੀ ਉਧਰ ਤਿੰਨਾਂ ਭੈਣਾਂ ਤੇ ਵੱਡੇ ਭਰਾ ਦੀ ਵਿਆਹ ਤੇ ਹੋਏ ਖਰਚੇ ਨੇ ਉਹਨੂੰ ਆਰਥਿਕ ਤੰਗੀਆਂ ਦੇ ਡੂੰਗੇ ਸੁੰਦਰ ਚ ਸੁਟ ਦਿੱਤਾ ਸੀ ਹੁਣ ਤੱਕ ਉਹ ਆਪਣੇ ਵੱਡੇ ਭਰਾ ਦੇ ਘਰ ਹੀ रह ਰਿਹਾ ਸੀ ਤੇ ਦੋਵੇਂ ਰਲ ਮਿਲ ਕੇ ਘਰ ਚ ਲਾ ਰਹੇ ਸਨ ਪਰ ਮਹਿੰਗਾਈ ਤੇ ਕਬੀਲਦਾਰੀ ਦੇ ਖਰਚਿਆਂ ਵਿੱਚ ਵਾਧੇ ਕਰਕੇ ਘਰ ਦੇ ਮਾਹੌਲ 'ਚ ਹਰ ਸਮੇਂ ਤਣਾਅ ਰਹਿਣ ਲੱਗਾ ਤੇ ਇੱਕ ਦਿਨ ਉਹਦੇ ਵੱਡੇ ਭਰਾ ਪਰਜਾਈ ਨੇ ਸਪਸ਼ਟ ਹੀ ਉਹਨਾਂ ਨੂੰ ਆਪਣੇ ਘਰੋਂ ਜਾਣ ਲਈ ਕਹਿ ਦਿੱਤਾ ਤਾਂ ਉਹਨੂੰ ਲੱਗਿਆ ਜਿਵੇਂ ਘਰ ਪਰਿਵਾਰ ਨੂੰ ਅੱਗੇ ਲਿਜਾਣ ਦੇ ਮੇਰੇ ਖਿਆਲਾਂ ਦੀ ਇਮਾਰਤ ਪਿਛਲੇ ਦਿਨੀ ਟਾਹੀ ਬਾਬਰੀ ਮਸਜਿਦ ਵਾਂਗ ਢਹਿ ਢੇਰੀ ਕੀਤੀ ਕਰ ਦਿੱਤੀ ਗਈ ਹੋਵੇ ਜਿਹਨੂੰ ਬਰਕਰਾਰ ਰੱਖਣ ਦਾ ਮੇਰਾ ਦ੍ਰਿੜ ਇਰਾਦਾ ਸੀ ਫਿਰ ਉਸਟ ਦਿੱਲੀ ਚ ਆਪਣੇ ਲਈ ਕਿਰਾਏ ਤੇ ਮਕਾਨ ਹਾਸਲ ਕਰਨ ਦੀ ਲੰਮੀ ਲੜਾਈ ਸ਼ੁਰੂ ਹੋ ਗਈ ਮਕਾਨ ਮਾਲਕ ਸੌ ਸੌ ਨਖਰੇ ਕਰਕੇ ਮਕਾਨ ਕਿਰਾਏ ਤੇ ਦਿੰਦੇ ਨਾਲ ਹੀ ਅਨੇਕਾਂ ਸ਼ਰਤਾਂ ਲਾ ਦਿੰਦੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜਾਤ ਬਰਾਦਰੀ ਆਦ ਪੁੱਛੀ ਜਾਂਦੀ ਉਹ ਪਤੀ ਪਤਨੀ ਆਪਣੀ ਜਾਤ ਲੁਕਾਉਣ ਦੀ ਕੋਸ਼ਿਸ਼ ਕਰਦੇ ਕਦੇ ਸਫਲ ਹੁੰਦੇ ਕਦੇ ਅਸਫਲ ਜਾਤ ਦੇ ਕਲੰਗ ਨੇ ਦਿੱਲੀ ਆਉਣ ਤੇ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਿਆ ਉਹ ਸੋਚਦਾ ਜਦੋਂ ਸਾਡਾ ਆਪਣਾ ਮਕਾਨ ਬਣ ਗਿਆ ਤਾਂ ਅਸੀਂ ਬਾਰਲੇਦਰ ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਫੋਟੋ ਲਾ ਦੇਣੀ ਹੈ ਛੋਟੀਆਂ ਭੈਣਾਂ ਦੇ ਵਿਆਹਾਂ ਤੇ ਹੋਏ ਖਰਚੇ ਕਾਰਨ ਉਹਨੂੰ ਲਗਾਤਾਰ ਆਪਣੇ ਪ੍ਰੋਵੀਡੈਂਟ ਫੰਡ ਚੋਂ ਐਡਵਾਂਸ ਕਢਾਉਣਾ ਪੈਂਦਾ ਰਿਹਾ ਸੀ ਜਿਸ ਕਰਕੇ ਉਹਦੀ ਬਹੁਤੀ ਤਨਖਾਹ ਕਿਸ਼ਤਾਂ ਜੀ ਚਲੀ ਜਾਂਦੀ ਚੰਗੇ ਮਕਾਨਾਂ ਦਾ ਬਹੁਤਾ ਕਿਰਾਇਆ ਦੇਣ ਦੀ ਉਹਦੀ ਪੁੱਜਤ ਨਾ ਹੋਣ ਕਰਕੇ ਉਹਦਾ ਪਰਵਾਦ ਪਰਿਵਾਰ ਦਿੱਲੀ ਦੀਆਂ ਘਟੀਆਂ ਕਲੋਨੀਆਂ ਦੇ ਛੋਟੇ ਛੋਟੇ ਮਕਾਨਾਂ 'ਚ ਜ਼ਿੰਦਗੀ ਬਸਰ ਕਰਨ ਲੱਗਿਆ ਜੇ ਕੋਈ ਯਾਰ ਮਿੱਤਰ ਉਸ ਕੋਲ ਮਿਲਣ ਜਾਂਦਾ ਤਾਂ ਉਹ ਉਸ ਨੂੰ ਰਾਤ ਰਹਿਣ ਦੀ ਸੁਲਾ ਵੀ ਨਾ ਮਾਰ ਸਕਦਾ ਜਦੋਂ ਕੋਈ ਮਹਿਮਾਨ ਉਹਦੇ ਘਰੋਂ ਵਾਪਸ ਜਾ ਰਿਹਾ ਹੁੰਦਾ ਤਾਂ ਉਹ ਆਪਣੀ ਪਤਨੀ ਨੂੰ ਭਰੇ ਮਨ ਨਾਲ ਕਹਿੰਦਾ ਹਰਜਿੰਦਰ ਦੇਖ ਜਾਂਦੇ ਹੋਏ ਮਹਿਮਾਨ ਦੀ ਪਿੱਠ ਕਿੰਨੀ ਸੋਹਣੀ ਲੱਗਦੀ ਹੈ ਕਿਰਾਏਦਾਰੀ ਦੀ ਇਲਾਨਤ ਤੋਂ ਸਦਾ ਲਈ ਬਚਣ ਵਾਸਤੇ ਹੁਣ ਤਾਂ ਉਹਨੇ ਦਿੱਲੀ ਦੇ ਵਿੱਚ ਦੋ ਕੁ ਮਰਲੇ ਦਾ ਛੋਟਾ ਜਿਹਾ ਆਪਣਾ ਮਕਾਨ ਬਣਾਈ ਲਿਆ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੀ ਸੰਪਾਦਕ ਅਨੁਵਾਦ ਮਿਨੀ ਕ੍ਰਿਸ਼ਨਨ ਜਦੋਂ ਪਹਿਲੀ ਵਾਰ ਉਹਦੇ ਘਰ ਆਈ ਐਡੇ ਵੱਡੇ ਲੇਖ ਦਾ ਐਡਾ ਛੋਟਾ ਮਕਾਨ ਵੇਖ ਕੇ ਮੱਲੋ-ਮੱਲੀ ਉਹਦੀਆਂ ਅੱਖਾਂ 'ਚ ਹੰਝੂ ਆ ਗਏ ਬੱਚੇ ਵੱਡੇ ਹੋ ਰਹੇ ਸਨ ਤੇ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਆਦਿ ਖਰਚੇ ਵੀ ਵੱਧ ਰਹੇ ਸਨ ਆਪਣੀ ਆਰਥਿਕ ਸਥਿਤੀ ਨੂੰ ਸਾਵਾਂ ਰੱਖਣ ਲਈ ਉਹਨੇ ਕਈ ਹੋਰ ਲੇਖਕਾਂ ਵਾਂਗ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਨੂੰ ਅਨੁਵਾਦ ਕਰਨ ਦਾ ਰਾਹ ਚੁਣ ਲਿਆ ਸੀ ਤੇ ਇਹ ਅਨੁਵਾਦ ਵਾਲਾ ਕੰਮ ਉਹਦੀ ਰੁਚੀ ਮੁਤਾਬਕ ਹੀ ਸੀ ਤੇ ਉਹ ਆਪਣੇ ਦਿਲਚਸਪੀ ਤੇ ਆਸ਼ੇ ਦੇ ਅਨੁਸਾਰ ਅੰਗਰੇਜ਼ੀ ਤੇ ਹਿੰਦੀ ਦੀਆਂ ਪੁਸਤਕਾਂ ਚੁਣ ਕੇ ਪੰਜਾਬੀ 'ਚ ਅਨੁਵਾਦ ਕਰਨ ਲੱਗਿਆ ਭਾਵੇਂ ਹੁਣ ਉਹਦੀ ਪਛਾਣ ਇੱਕ ਸਥਾਪਿਤ ਪ੍ਰਗਤੀਵਾਦੀ ਕਵੀ ਵਜੋਂ ਬਣੀ ਹੋਈ ਸੀ ਦੇਰਵੀਂ ਅਨੁਵਾਦ ਦਾ ਬਹੁਤਾ ਵਰਕਲੋਡ ਉਹਦੀ ਮੌਲਿਕ ਲੇਖਣੀ ਤੇ ਅਸਰ ਪਾਉਣ ਲੱਗ ਪਿਆ ਸੀ। ਸਾਲ 2002 ਚ ਉਹਦੀ ਸਵੈ ਜੀਵਨੀ ਛਾਂਗਿਆ ਰੁਕ ਛਪ ਕੇ ਆਈ ਤਾਂ ਜੀਵਨ ਜੀਵਨੀ ਸੱਚ ਇਹ ਉੱਚ ਕੋਟੀ ਦੀ ਸਾਹਿਤਿਕ ਕਿਰਤ ਮੰਨੀ ਗਈ। ਇੱਕ ਕਵੀ ਨੇ ਵਾਰਤਕ ਲਿਖਣ ਚ ਬਾਕ ਕਮਾਲ ਕਰ ਦਿੱਤੀ ਸੀ। ਆਪਣੀ ਸਵੈ ਜੀਵਨੀ ਚ ਉਹਨੇ ਬੜੀ ਬੇਬਾਕੀ ਇਮਾਨਦਾਰੀ ਤੇ ਦਲੀ ਵੇਗ ਨਾਲ ਆਪਣੇ ਤਨ ਤੇ ਮਨ ਤੇ ਸਹਿਜਾਤੀਗਤ ਨਸ਼ਤਰਾਂ ਦਾ ਮਾਰਮਿਕ ਬਿਆਨ ਕੀਤਾ ਜਿਹਨੂੰ ਪੜ੍ਹ ਕੇ ਪਾਠਕਾਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਆ। ਪੰਜਾਬੀ ਦੀ ਆਪਣੀ ਪਹਿਲੀ ਕਿਸਮ ਦੀ ਸਵੈ ਜੀਵਨੀ ਹੈ ਜਿਸ ਵਿੱਚ ਜੀਵਨੀਕਾਰ ਬੜਾਈ ਬੜੀ ਇਮਾਨਦਾਰੀ ਨਾਲ ਸਾਫ਼ ਤੇ ਸਪਸ਼ਟ ਸ਼ਬਦਾਂ ਚ ਬਿਨਾ ਕਿਸੇ ਲੁਕ ਲਪੇਟ ਤੋਂ ਆਪਣੇ ਸਰਾਪੇ ਬਚਪਨ ਦੇ ਉਹਨਾਂ ਵੇਰਵਿਆਂ ਨੂੰ ਪੇਸ਼ ਕਰਦਾ ਹੈ ਜੋ ਇੱਕ ਨਿਮਨ ਜਾਤੀ ਦੇ ਬੱਚੇ ਆਪਣੇ ਪਿੰਡੇ ਤੇ ਹੰਡਾਉਂਦੇ ਹੈ ਉਹ ਲੋਕਾਂ ਤੋਂ ਹਮਦਰਦੀ ਨਹੀਂ ਪਾਲਦਾ ਪਰ ਪਾਟਕਾਂ ਨੂੰ ਖੁਦ ਬਖੋਦ ਉਸ ਨਾਲ ਹਮਦਰਦੀ ਹੋ ਜਾਂਦੀ ਹੈ ਆਪਣੀ ਸਵੈ ਜੀਵਨੀ ਚ ਉਹਨੇ ਆਪਣੀ ਜੀਵਨ ਦੀ ਤਰਾਸਤੀ ਖਾਸ ਕਰਕੇ ਬਚਪਨ ਦੀ ਤਰਾਸਤੀ ਦੀ ਪੇਸ਼ਕਾਰੀ ਬੜੀ ਕਲਾਤਮਕ ਢੰਗ ਨਾਲ ਪੇਸ਼ ਕੀਤੀ ਹੋਣ ਕਰਕੇ ਇਹ ਸਵੈ ਜੀਵਨੀ ਵਿਸ਼ੇ ਤੇ ਕਲਾਤਮਕ ਪੱਖ ਤੋਂ ਉੱਤਮ ਰਚਨਾ ਸਿੱਧ ਹੋਈ ਹੈ। ਉਹਨੇ ਸਮਾਜਿਕ ਵਰਤਾਰਿਆਂ ਨੂੰ ਬੜੀ ਡੂੰਘੀ ਨੀਜ਼ ਨਾਲ ਵੇਖਿਆ, ਸਮਝਿਆ ਤੇ ਬਿਆਨਤਾ ਕੀਤਾ ਹੀ ਹੈ। ਨਾਲ ਹੀ ਉਹ ਕੁਦਰਤੀ ਵਰਤਾਰਿਆਂ ਦਾ ਬਿਆਨ ਕਰਨ ਸਮੇਂ ਵੀ ਪਾਠਕ ਨੂੰ ਉਸ ਵਰਤਾਰੇ ਦੀ ਤਸਵੀਰ ਦਿਖਾਈ ਦਿੰਦਾ ਹੈ। ਦਰਅਸਲ ਸਾਡੀ ਬਰਾਦਰੀ ਦੇ ਲੋਕਾਂ ਲਈ ਅਜਿਹੀ ਕਹਿਰਵਾਨ ਤੇ ਭਿਆਨਕ ਬਰਸਾਤ ਪਹਿਲੀ ਵਾਰ ਨਹੀਂ ਸੀ ਆਈ। ਉਹ ਤਕਰੀਬਨ ਹਰੇਕ ਬਰਸਾਤ ਦਾ ਚਮਤਕਾਰ ਦੇਖਦੇ ਜਦੋਂ 1-2 ਦਿਨ ਵਿੱਚ ਲਗਾਤਾਰ ਪੈਂਦਾ ਤਾਂ ਕੱਚੇ ਕੋਠਿਆਂ ਦੀ ਦਾਸ ਤਾਂ ਬਰਸਾਤ ਵਾਂਗ ਲਮੇਰੀ ਹੋ ਜਾਂਦੀ ਕੰਦਾਂ ਦੇ ਲਈ ਹੌਲੀ-ਹੌਲੀ ਫੁੱਲ ਕੇ ਡਿੱਗਣ ਲੱਗ ਪੈਂਦੇ ਇਹਨਾਂ ਹੇਠੋਂ ਕੀੜੀਆਂ ਆਪਣੇ ਚਿੱਟੇ ਅੰਡੇ ਚੁੱਕੀ ਜਾਂਦੀਆਂ ਤੇ ਤੇਜ਼ ਰਫ਼ਤਾਰ ਨਾਲ ਇੱਧਰ-ਉੱਧਰ ਦੌੜਦੀਆਂ ਦਿਸਦੀਆਂ ਕੰਦਾਂ ਟਹਿਣੀਆਂ ਤਾਂ ਚੂਹੇ, ਚਕੰਦਰਾ, ਕੰਨ ਖਜੂਰੇ ਤੇ ਹੋਰ ਨਿੱਕੇ-ਨਿੱਕੇ ਜੀਵ-ਜੰਤੂਆਂ ਦੇ ਲੁਕਣ ਦੀ ਭੱਜ ਦੌੜ ਤੁਸੀਂ ਦੋ ਤਿੰਨ ਮਰਲਿਆਂ ਦੇ ਛੋਟੇ ਜਿਹੇ ਕੱਚੇ ਘਰ ਚ ਠਾਕਰ ਦਾਸ ਤੇ ਉਹਦੇ ਸੱਤ ਅੱਠ ਜੀਆਂ ਦਾ ਪਰਿਵਾਰ ਤੇ ਉਹਨਾਂ ਦੇ ਪਸ਼ੂ ਇਕੱਠੇ ਹੀ ਰਹਿਣ ਬਸੇਰਾ ਕਰ ਸੌਣ ਦੀਆਂ ਝੜੀਆਂ ਚ ਕੱਚੇ ਘਰਾਂ ਦੀਆਂ ਕੰਧਾਂ ਡਿੱਗਣ ਲੱਗਦੀਆਂ ਤੇ ਉਹਨਾਂ ਦੇ ਕੋਠੇ ਚੌਣ ਲੱਗ ਵਰਦੇ ਮੀਂਹ ਚ ਉਹ ਕੋਠਿਆਂ ਦੀਆਂ ਛੱਤਾਂ ਤੇ ਚੜ ਕੇ ਗਿੱਲੀ ਮਿੱਟੀ ਦੇ ਥੋਬੇ ਲਾ ਕੇ ਪਾਣੀ ਦਾ ਚੌਣਾ ਬੰਦ ਕਰਦੇ ਕੜੀਆਂ ਬਾਲਿਆਂ ਦੀਆਂ ਛੱਤਾਂ ਵਿੱਚ ਜਿਹੜੀਆਂ ਆਲੇ ਨੇ ਪਾਈ ਰੱਖਦੀਆਂ ਤੇ ਦਿਨ ਰਾਤ ਬਿਨਾਂ ਰੋਕ ਟੋਕ ਚੂਹੇ ਫੜਨ ਫੜਾਈ ਖੇਡਦੇ ਰਹਿੰਦੇ ਦੀਵਾਲੀ ਵਾਲੇ ਦਿਨਾਂ ਦੀ ਰਾਤ ਨੂੰ ਜਦੋਂ ਬਿਰਜੂ ਦੇ ਬਿਰਜੂ ਤੇ ਕਿਰਜੂ ਬਲਬੀਰ ਦਾ ਤਾਇਆ ਉਹਨੂੰ ਪਿਆਰ ਨਾਲ ਕਿਰਜੂ ਕਹਿੰਦਾ ਹੁੰਦਾ ਸੀ ਦੀਵੇ ਦੀ ਲੋਚ ਪੜ ਰਹੇ ਸਨ ਤਾਂ ਇੱਕ ਕਾਲਾ ਨਾਗਾ ਕੇ ਕੜੀ ਬਾਲਿਆਂ ਦੀ ਛੱਤ ਵਿੱਚ ਸਰਕਸ ਦੇ ਕਲਾਕਾਰਾਂ ਵਾਂਗ ਆਪਣੇ ਕਰਤੱਵ ਖੋਣ ਲੱਗ ਪਿਆ ਸੱਪ ਆਪਣੀ ਪੂਜ ਕੰਧ ਵਿੱਚ ਗੱਡੀ ਇਕ ਕਿਲੀ ਦਿਵਾਲੇ ਵੱਲ ਕੇ ਆਪਣਾ ਚੌੜਾ ਫੰਡ ਤੇ ਸਰੀਰ ਦਾ ਅਗਲਾ ਹਿੱਸਾ ਅੱਗੇ ਹਵਾ 'ਚ ਲਹਿਰਾਉਂਦਾ ਤੇ ਝੂਲਦਾ ਹੋਇਆ ਫਿਰ ਵਾਪਸ ਕੰਧ ਨਾਲ ਚਿਪਕ ਜਾਂਦਾ ਉਹ ਦੋਨੇ ਭਰਾ ਸਹਿਮੇ ਬੈਠੇ ਰਹੇ ਪਰ ਕੁਝ ਸਮੇਂ ਬਾਅਦ ਸੱਪ ਆਪਣੇ ਕਰਤੱਵੇ ਕਾ ਕੇ ਲੋਪ ਹੋ ਗਿਆ 1963 ਵਿੱਚ ਹੋਏ ਟਿੱਡੀਦਾਲ ਦੇ ਹਮਲੇ ਸਮੇਂ ਉਹਨੇ ਉਹਦੇ ਤਾਏ ਨੇ ਟਿੱਡੀਆਂ ਹੋਲਾ ਮੰਗ ਭੁੰਨ ਕੇ ਉਹਨੂੰ ਖਵਾ ਦਿੱਤੀਆਂ ਇਹ ਗੱਲ ਸਕੂਲ 'ਚ ਵੀ ਅਫਵਾਹ ਦੀ ਤਰ੍ਹਾਂ ਫੈਲ ਗਈ ਸੀ ਬਲਬੀਰ ਦੇ ਜਮਾਤੀ ਉਹਨੂੰ ਟਿੱਡੀ ਖਾਣਾ ਕਹਿਣ ਲੱਗ ਪਏ ਸੀ ਬਲਬੀਰ ਦਾ ਰੰਗ ਪੱਕਾ ਹੋਣ ਕਰਕੇ ਕਈਆਂ ਨੂੰ ਕਈਆਂ ਨੂੰ ਤਾਂ ਉਹਨੂੰ ਟਿੱਡੀ ਖਾਣਾ ਸੱਪ ਕਹਿਣ ਚ ਜ਼ਿਆਦਾ ਸਵਾਦ ਆਉਂਦਾ ਸਵੈ ਜੀਵਨੀ ਲਿਖਣਾ ਇੱਕ ਅਤ ਕਠਨ ਕਾਰਜ ਹੈ ਜਿਸ ਵਿੱਚ ਝੂਠ ਲਿਖਣਾ ਵੀ ਮਾੜਾ ਸਮਝਿਆ ਜਾਂਦਾ ਹੈ ਤੇ ਸਾਰਾ ਸੱਚ ਕਹਿਣ ਨਾਲ ਵੀ ਅਨੇਕ ਬੁਖੇੜੇ ਖੜੇ ਹੋ ਜਾਂਦੇ ਆ ਮਾਧੂਪੁਰੀ ਨੂੰ ਵੀ ਸੱਚ ਲਿਖਣ ਕਰਕੇ ਆਪਣਿਆਂ ਦੀਆਂ ਹੀ ਨਾਰਾਜ਼ਗੀਆਂ ਝਲਣੀਆਂ ਪਈਆਂ ਉਹਦਾ ਇੱਕ ਆਈਏਐਸ ਮਾਮਾ ਬਹੁਤ ਗੁੱਸੇ ਹੋਇਆ ਤੇ ਆਪਣੇ ਘਰ ਦੀ ਐਂਟਰੀ ਬੈਨ ਕਰ ਦਿੱਤੇ ਇੱਕ ਭੈਣ ਬਹੁਤ ਸਾਲ ਨਾਰਾਜ਼ ਰਹੀ ਕਿਉਂਕਿ ਉਹਨੇ ਇਸ ਛੋਟੀ ਭੈਣ ਦੇ ਸਿਰ 'ਚ ਕੀੜੇ ਪੈਣ ਦਾ ਐਪੀਸੋਡ ਬਿਆਨ ਕਰ ਦਿੱਤਾ ਸੀ ਉਹ ਵਿਚਾਰੀ ਆਪਣਾ ਸਹੁਰਾ ਪਰਿਵਾਰ ਦੀ ਮਜ਼ਾਕ ਦੀ ਪਾਤਰ ਬਣ ਗਈ ਸੀ। ਤੰਗੀਆਂ ਤੁਰਸ਼ੀਆਂ ਕਰਕੇ ਉਹਦੇ ਜਿਸ ਭਰਾ ਨੇ ਉਹਨੂੰ ਆਪਣੇ ਘਰੋਂ ਕੱਢ ਦਿੱਤਾ ਸੀ ਉਹ ਵੀ ਬਹੁਤ ਲੰਮਾ ਸਮਾਂ ਉਸ ਨਾਲ ਨਾਰਾਜ਼ ਰਿਹਾ ਕਿਉਂਕਿ ਬਲਬੀਰ ਨੇ ਇਹ ਵੀ ਲਿਖ ਦਿੱਤਾ ਸੀ ਕਿ ਛੋਟੇ ਹੁੰਦਿਆਂ ਦੇ ਉਹਦੇ ਉਹਨਾਂ ਦੋਹਾਂ ਭਰਾਵਾਂ ਦੇ ਪਿੰਡੇ ਤੇ ਖੁਰਕ ਵੀ ਪੈ ਗਈ ਸੀ ਜੋ ਸਫਾਈ ਦੀ ਘਾਟ ਕਰਨ ਅਕਸਰ ਹੀ ਉਸ ਸਮੇਂ ਗਰੀਬ ਬੱਚਿਆਂ ਨੂੰ ਪੈ ਜਾਂਦੀ ਸੀ। ਮਾਧੋਪੁਰੀ ਦੀ ਸੋਹਿਰਦ ਪਤਨੀ ਨੇ ਸਵੈ ਜੀਵਨੀ ਦੇ ਪਰੂਪੜਦੇ ਸਮੇਂ ਅਨੇਕ ਵੇਰਵਿਆਂ ਤੇ ਤੱਕੇ ਨਾਲੀਓ ਤੋਂ ਇਹ ਕਹਿ ਕੇ ਇੰਨਾ ਸੱਚ ਨਾ ਲਿਖ ਆਖਰ ਜ਼ਿੰਦਗੀ ਤਾਂ ਇਸੇ ਸਮਾਜ 'ਚ ਬਸਰ ਕਰਨੀ ਹੈ ਕਾਟਾ ਫਰਵਾਕੇ ਉਹਨੂੰ ਹੋਰ ਨੰਗਾ ਹੋਣ ਤੋਂ ਤਾਂ ਬਚਾ ਲਿਆ ਪਰ ਪਾਠਕ ਪਤਾ ਨਹੀਂ ਕਿੰਨੇ ਕੁ ਦਿਲ ਕੰਬਾਊ ਵੇਰਵਿਆਂ ਦੀ ਜਾਣਕਾਰੀ ਤੋਂ ਵਾਂਝੇ ਰਹਿ ਗਏ ਅਛੂਤਾਂ ਦੇ ਘਰ ਪੈਦਾ ਹੋਣ ਤੇ ਬਲਬੀਰ ਮਾਧੂਪਰੀ ਨੂੰ ਜਿੰਨਾ ਤਿਰਸਕਾਰ ਮਿਲਿਆ ਜਾਂ ਉਹਨੇ ਮਹਿਸੂਸ ਕੀਤਾ ਸਵੈ ਜੀਵਨੀ ਛਾਂਗਿਆ ਰੁਖ ਲਿਖਣ ਤੋਂ ਬਾਅਦ ਉਹਨੂੰ ਉਸ ਤੋਂ ਵੱਧ ਪੁਰਸਕਾਰ ਮਿਲਿਆ ਆਪਣੀ ਜਾਤੀ ਕਰਕੇ ਉਹਨੇ ਜੋ ਨਮੋਸ਼ੀ ਜਾਂ ਨਿਰਾਦਰ ਮਹਿਸੂਸ ਕੀਤਾ ਸੀ ਉਨ ਉਸੇ ਜਾਤੀ ਕਰਕੇ ਉਹਨੂੰ ਸ਼ੋਹਰਤ ਤੇ ਆਦਰ ਮਿਲ ਰਿਹਾ ਹੈ। ਉਹਦੀ ਸਵੈ ਜੀਵਨੀ ਛਾਂਗਿਆ ਰੁਖ ਦੇ ਪੰਜਾਬੀ ਚ 12 13 ਐਡੀਸ਼ਨ ਛਪ ਚੁੱਕੇ ਐ ਤੇ ਇਸ ਨੂੰ ਚੋਟੀ ਦੇ ਪਬਲਿਸ਼ਰਾਂ ਨੇ ਛਾਪਿਆ। ਸਾਲ 2007 ਵਿੱਚ ਛਾਂਗਿਆ ਰੁਖ ਦਾ ਹਿੰਦੀ ਚ ਸੁਭਾਸ਼ ਮੀਰਵਲੋਂ ਕੀਤਾ ਗਿਆ ਅਨੁਵਾਦ ਛਪਿਆ। ਤਾਂ ਇਹ ਸਵੈ ਜੀਵਨੀ ਪਹਿਲਾਂ ਪ੍ਰਸਿੱਧ ਹੋ ਚੁੱਕੀ ਆ ਦਲਿਤ ਸਵੈ ਜੀਵਨੀਆਂ ਵਿੱਚ ਜਿਵੇਂ ਓਮ ਪ੍ਰਕਾਸ਼ ਵਾਲਮੀਕੀ ਦੀ ਜੂਠ ਤੇ ਸ਼ਰਨ ਕੁਮਾਰ ਲੰਬਾਲੇ ਦੀ ਅਕਰਮਾਸ਼ੀ ਦੇ ਮੁਕਾਬਲੇ ਤੇ ਆ ਗਈ 2010 ਵਿੱਚ ਇਹਨੂੰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਛਾਪਿਆ ਗਿਆ ਤਾਂ ਬਲਬੀਰ ਦੀ ਬੱਲੇ ਬੱਲੇ ਹੋ ਗਈ ਉਹਨੂੰ ਅੰਤਰਰਾਸ਼ਟਰੀ ਪੱਧਰ ਦੇ ਲੇਖਕ ਹੋਣ ਦਾ ਰੁਤਬਾ ਹਾਸਲ ਹੋ ਗਿਆ ਸਾਲ 2011 'ਚ ਇਸ ਵੈਜੀਵ ਨੇ ਕ੍ਰਾਸਵਰਡ ਐਵਾਰਡ ਲਈ ਵੀ ਨਾਮਜ਼ਦ ਕੀਤੀ ਭਾਰਤੀ ਸਹਿਤ ਅਕਾਦਮੀ ਦੇ ਇਨਾਮ ਲਈ ਵੀ ਨਾਮਜ਼ਦ ਪੁਸਕਾਂ ਵਿੱਚ 21 ਸਾਲ ਸ਼ਾਮਲ ਹੁੰਦੇ ਰਹੀ ਹੈ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵੱਲੋਂ ਛਾਪੇ ਜਾਣ ਤੇ ਮਾਧੂਪਰੀ ਦੀ ਸਵੈ ਜੀਵਨੀ ਦੀ ਇੰਨੀ ਮਕਬੂਲੀਅਤ ਹੋ ਗਈ ਸੀ ਕਿ ਇਹ 4 ਸਾਲ ਤੱਕ ਲਗਾਤਾਰ 100 ਕਲਾਸਿਕ ਬੁక్స్ ਆਫ ਦੀ ਵਰਲਡ ਸੂਚੀ 'ਚ ਸ਼ਾਮਲ ਹੁੰਦੀ ਰਹੀ ਤੇ ਹੁਣ ਵੀ ਵਰਲਡ ਕਲਾਸ ਲਿਟਰੇਚਰ 'ਚ ਦਰਜ ਹੈ। ਛਾਂਗਿਆ ਰੁਕ ਦੇਸ਼ ਦੀਆਂ అనేక ਯੂਨੀਵਰਸਿਟੀਆਂ ਦੇ ਵੱਖ-ਵੱਖ ਜਮਾਤਾਂ ਦੇ ਸਲੇਪ ਸੰਚ ਲੱਗੀ ਹੋਈ ਹੈ। ਇਕੱਲੀ ਅੰਗਰੇਜ਼ੀ ਭਾਸ਼ਾ ਵਿੱਚ ਵੀ ਇਸ ਪੁਸਤਕ ਦੇ ਹੁਣ ਤੱਕ 20 ਦੇ ਕਰੀਬ ਪੀ ਐਚ ਡੀ ਹੋ ਚੁੱਕੀਆਂ ਤੇ ਹੋ ਰਹੀਆਂ। ਇਸ ਸਵੈ ਜੀਵਨੀ ਹੁਣ ਉਰਦੂ, ਰਾਜਸਥਾਨੀ, ਤੇਲਗੂ ਤੇ ਮਰਾਠੀ ਆਦਿ ਕਈ ਹੋਰ ਵੀ ਭਾਸ਼ਾਵਾਂ ਵਿੱਚ ਛਪ ਰਹੀ ਹੈ। ਅਨੇਕ ਦੇਸੀ ਵਿਦੇਸੀ ਪત્રਾਂ ਵਿੱਚ ਇਹਦੀ ਲੜੀਵਾਰ ਪ੍ਰਕਾਸ਼ਨਾ ਹੋ ਚੁੱਕੀ ਹੈ। ਉਹਦੀ ਸਵੈ ਜੀਵਨੀ ਪੜ ਕੇ ਅਨੇਕ ਦੇਸੀ ਵਿਦੇਸੀ ਜਿਵੇਂ ਜਰਮਨ, ਫ੍ਰਾਂਸੀਸੀ, ਜਾਪਾਨੀ ਲੇ ਪੱਤਰਕਾਰ ਮਾਧੂਪੁਰੀ ਨੂੰ ਮਿਲਣ ਆਉਂਦੇ ਰਹੇ ਤੇ ਕਈ ਤਾਂ ਮਾਧੂਪੁਰ ਪਿੰਡ ਤੇ ਉਹਦਾ ਘਰ ਵੇਖਣ ਵੀ ਚਲੇ ਜਾਂਦੇ ਸੀ। ਬਲਬੀਰ ਮਾਧੂਪੁਰੀ ਸਿਰੜੀ ਤੇ ਸਮਰਪਿਤ ਸਾਹਿਤਕਾਰ ਕ੍ਰਤੀਵਾਦੀ ਤੇ ਮਨਵਾਦੀ ਨਜ਼ਰੀਏ ਤੋਂ ਸਾਹਿਤਿਕ ਰਚਨਾ ਕਰਨੀ ਤੇ ਛਾਪਣੀ ਉਹਦਾ ਉਦੇਸ਼ ਰਿਹਾ। ਬਹੁਤ ਨਿਮਰ ਤੇ شریف ਇਨਸਾਨ ਹੈ ਜੋ ਇਨਸਾਨੀਅਤ ਨੂੰ ਹੀ ਆਪਣਾ ਧਰਮ ਸਮਝਦਾ ਹੈ। ਸਮਾਜਿਕ ਜੀਵਨ 'ਚ ਆਰਥਿਕ ਸ਼ੋਸ਼ਣ, ਜਿੰਸੀ ਸ਼ੋਸ਼ਣ ਤੇ ਜਾਤੀਗਤੀ ਧੱਕੇਸ਼ਾਹੀ ਖਿਲਾਫ ਉਹਨੇ ਆਪਣੀ ਕਲਮ 'ਚ ਬਚਪਨ ਤੋਂ ਮਿਹਨਤ ਕਰਨ ਦੀ ਆਦਤ ਪੈ ਗਈ ਤੇ ਕੇਂਦਰ ਸਰਕਾਰ ਦੇ ਵੱਡੇ ਅਫਸਰ ਦੇ ਅਹੁਦੇ ਤੇ ਹੁੰਦਿਆਂ ਵੀ ਉਹਨੇ ਮਿਹਨਤ ਕਰਨੀ ਨਹੀਂ ਸੀ ਛੱਡੀ। ਉੱਲਮਾਸਾ ਮਾ ਯੋਜਨਾ ਰਸਾਲੇ ਦਾ ਸੰਪਾਦਕ ਰਿਹਾ ਤੇ 올 ਇੰਡੀਆ ਰੇਡੀਓ ਦਾ ਨਿਊਜ਼ ਐਡੀਟਰ ਵੀ ਕਈ ਵਾਰ ਉਸ ਕੋਲ 3-4 ਚਾਰਜ ਵੀ ਰਹੀ ਹੈ ਪਰ ਉਹਨੇ ਕਦੇ ਵੀ ਓਵਰਵਰਕ ਲੋਡ ਦੀ ਸ਼ਿਕਾਇਤ ਨਹੀਂ ਸੀ ਕੀਤੀ ਹੁਣ ਤੱਕ ਉਹਦੀਆਂ ਆਪਣੀਆਂ 13-14 ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ 30 ਤੋਂ ਵੀ ਵੱਧ ਪੁਸਤਕਾਂ ਉਹ ਅਨੁਵਾਦ ਕਰ ਚੁੱਕਾ ਹੈ ਇਸ ਨਾਲ ਹੀ ਉਹਨੇ 40 ਤੋਂ ਵੱਧ ਪੁਸਤਕਾਂ ਸੰਪਾਦਿਤ ਕੀਤੀਆਂ ਤੇ ਕਈ ਪੇਪਰ ਲਿਖੇ ਜਾਂ ਪੜੇ ਹਨ ਉਸ ਵੱਲੋਂ ਕੀਤੇ ਕੰਮਾਂ ਦਾ ਉਹਨੂੰ ਯੋਗਮਾਨ ਸਨਮਾਨ ਵੀ ਮਿਲਦਾ ਰਿਹਾ ਹੈ 2018 ਚ ਦਿੱਲੀ ਵਿਖੇ ਹੋਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਉਹਨੂੰ ਬਤੌਰ ਪੰਜਾਬੀ ਲੇਖਕ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਵੱਲੋਂ ਸਨਮਾਨਿਤ ਕੀਤਾ। ਸਾਹਿਤ ਅਕੈਡਮੀ ਵੱਲੋਂ ਅਨੁਵਾਦ ਦਾ ਸਾਲ 2013 ਦਾ ਪੁਰਸਕਾਰ ਉਹਨੂੰ ਹਾਸਲ ਹੋਇਆ ਸੀ। ਪੰਜਾਬੀ ਅਕੈਡਮੀ ਦਿੱਲੀ ਤੇ ਦਿੱਲੀ ਦੀ ਸਰਕਾਰ ਵੱਲੋਂ ਵੀ ਉਹਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਜਾ ਚੁੱਕੇ ਹੈ। ਇਸ ਤੋਂ ਇਲਾਵਾ ਹੋਰ ਅਨੇਕ ਲਗਭਗ ਡੇਢ ਦਰਜਣੇ ਨਾਮੋ ਨਿਸ਼ਾਨ ਉਹਦੀ ਝੋਲੀ ਪੈ ਚੁੱਕੇ। ਉਹਨੂੰ ਦੋ ਵਾਰ ਸਾਹਿਤ ਅਕੈਡਮੀ ਦੀ ਜਿਉਰੀ ਦਾ ਮੈਂਬਰ ਬਣਨ ਤੇ ਅੰਤਰਰਾਸ਼ਟਰੀ ਟਾਹਾਂ ਅਵਾਰਡ ਦੀ ਜਿਉਰੀ ਦਾ ਮੈਂਬਰ ਰਹਿ ਚੁੱਕੇ ਹੁਣ ਦਾ ਵੀ ਮਾਣ ਹਾਸਲ ਹੈ। ਇਹਨੇ ਮਾਣ ਸਨਮਾਨ ਮਿਲਣ ਤੇ ਵੀ ਕਦੇ ਵੀ ਉਸ ਤੋਂ ਹੌਮੇ ਨਹੀਂ ਆਈ। ਪਰ ਇਹਨਾਂ ਸਭ ਇਨਾਮਾਂ ਸਨਮਾਨਾਂ ਤੋਂ ਵੱਡਾ ਇੱਕ ਇਨਾਮ ਸਨਮਾਨ ਇਹ ਵੀ ਹੈ ਕਿ ਜਦੋਂ ਉਹਨੂੰ ਕਾਲਜਾਂ ਯੂਨੀਵਰਸਿਟੀਆਂ 'ਚ ਲੈਕਚਰ ਦੇਣ ਲਈ ਬੁਲਾਇਆ ਜਾਂਦਾ ਹੈ ਉਹ ਆਪਣੇ ਬਚਪਨ ਦੀਆਂ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕਰਦਾ ਹੈ ਤੇ ਕਈਆਂ ਵਿਦਿਆਰਥੀਆਂ ਦੀਆਂ ਅੱਖਾਂ ਹੰਝੂਆਂ ਨਾਲ ਤਰ ਹੋ ਜਾਂਦੀ ਹੈ। ਉਹਨਾਂ ਨੂੰ ਆਪਣੇ ਦੇਸ਼ ਦੀ ਵਰਣ ਵਿਵਸਥਾ ਤੇ ਸ਼ਰਮ ਆਉਣ ਲੱਗਦੀ ਹੈ। ਉਹਦੀ ਸਵੈ ਜੀਵਨੀ ਪੜ੍ਹ ਕੇ ਕਈ ਵਿਅਕਤੀਆਂ ਨੇ ਆਪਣੇ ਡੱਟ ਪਾਈ ਕਰਦੇ ਲੋਕਾਂ ਨੂੰ ਲਿਖੀਆਂ ਦੀ ਮਾਫਰੀ ਦਿੱਤੀ। ਉਹ ਪਾਕਸਰ ਦੇ ਸੂਚਨਾ ਵਿਸਾਰਨ ਮੰਤਰਾਲੇ ਵਿੱਚ ਆਪਣੇ ਸੀਨੀਅਰ ਕਲਾਸ ਦੇ ਅੰਗਸਟੋਫਰ ਡਿਪਟੀ ਡਾਇਰੈਕਟਰ ਵੱਲੋਂ ਵਾਲੇ ਅਹੁਦੇ ਤੋਂ ਤਰਲੇ ਕੁਝ ਕੇਪਰ ਹੁੰਦੀ ਪੰਜਾਬੀ ਸਾਇੰਸ ਸਰਵਰ ਦੀ ਡਾਇਰੈਕਟਰ ਵੱਲੋਂ 5 ਮੰਜ਼ਲਾ ਪੰਜਾਬੀ ਕਲੋਨ ਦੇ ਗਰਾਊਂਡ ਫਲੋਰ ਦੇ ਸਿੱਖ ਨਾ ਪਰ ਸੰਸਾਦ ਲਈ ਸਮਾਰਕੀ ਜੇ ਮਾਰੀ ਸੰਭਾਲ ਲਈ ਕਾਲੀ ਫੈਂਟ ਅਸਮਾਨੀ ਰੰਗ ਦੀ ਕਮੀਜ਼ ਪਾਣੀ ਆਪਣੇ ਦਫ਼ਤਰ 'ਚ ਬੈਠਾ ਹੋ ਕੇ ਸਹਾਇਕਾਂ ਦਾ ਭਾਤਮਿਕ ਨ 晚安。Uh huh. uh huh.